ਆਪਣਾ ਤਿੰਨ ਟਾਈਮ ਤੋਂ ਖਾਂਦੇ ਹਨ, ਇਹ ਤੋਂ ਬਾਅਦ ਤੋਂ ਕਿੰਨਾ ਖਾਂਦੇ ਹਨ। ਇਹ ਹੁੰਦਾ ਵੀ ਸਵੇਰੇ ਪਹਿਲਾਂ ਨਾਸ਼ਤਾ ਕੀਤਾ, ਘੰਟੇ ਬਾਅਦ ਫਿਰ ਲਿਆਓ ਜੀ ਚਾਟ ਫਰੂਟ ਚਾਟ ਕੱਟ ਕੇ, ਉਹ ਛਕਿਆ ਲਿਆਓ ਜੀ ਕੜੀ ਚੌਲ ਬਣਾ ਕੇ, ਉਹ ਛਕਿਆ ਲਿਆਓ ਜੀ ਸਮੋਸੇ ਬਣਾ ਕੇ, ਕਿੰਨੀ ਵਾਰ ਛੱਕ ਗਿਆ ਨਹੀਂ ਨਾ ਛੱਕ। ਪਰ ਅਸੀਂ ਇਸ ਚੀਜ਼ ਦਾ ਦੌਰ ਨਿਕਲਦਾ, ਕੌਮ ਦਾ ਕੀਮਤੀ ਸਰਮਾਇਆ ਅਸੀਂ ਬਿਨਾਂ ਸੋਚੇ ਸਮਝੇ ਨਾ ਤੋੜਦੇ ਗਏ। ਉਹਦੀ ਜਗ੍ਹਾ 'ਤੇ ਜੇ ਅਸੀਂ ਵੱਖ ਵੱਖ ਭਾਸ਼ਾਵਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਗਿਆਨ, ਛੋਟੇ ਛੋਟੇ ਪ੍ਰਖਟ, ਕਦੇ ਈਸਾਈ ਧਰਮ ਨੂੰ ਪੜ੍ਹੋ ਨਾ, ਮੈਂ ਕਦੇ ਪੜ੍ਹਿਆ ਕਹਿੰਦੇ ਵੀ ਇੱਕ ਈਸਾਈ ਛੋਟੀਆਂ ਛੋਟੀਆਂ ਵਰਦੀਆਂ ਬਣਾ ਕੇ, ਪੌਕਾਂ ਬਣਾ ਕੇ, ਉਹਨਾਂ ਨੂੰ ਇੱਕ ਕਾਗਜ਼ ਵਿੱਚ ਲੈ ਕੇ ਵਾਟਰਪਰੂਫ ਅਤੇ ਦਰਿਆ ਗਹਿ ਸੁੱਟ ਰਿਹਾ ਸੀ ਨਹਿਰ 'ਚ, ਅਤੇ ਕਿਸੇ ਨੇ ਪੁੱਛਿਆ ਵੀ ਇਹ ਕੀ ਕਰ ਰਿਹਾ ਤੂੰ ਨਹਿਰ 'ਚ ਵੀ ਜਾ ਰਿਹਾ, ਲਿਖ ਲੈ ਕੇ ਲਿਖ ਲੈ ਪੈਫਲੈਟ ਬਣਾ ਬਣਾ ਕੇ। ਉਹ ਕਹਿਣ ਲੱਗਾ ਰੁੜਦੇ ਜਾ ਰਹੇ, ਲਿਸ਼ਕਦੇ ਜਾ ਰਹੇ, ਜਦੋਂ ਕੋਈ ਫੜੇਗਾ ਵੀ ਕੀ ਲਿਸ਼ਕਦਾ ਜਾ ਰਿਹਾ, ਕਹਿੰਦਾ ਖੋਲ ਕੇ ਵੇਖੇਗਾ ਭਾਵੇਂ ਇੱਕ ਲੈਣ ਪੜ੍ਹੇਗਾ, ਕਹਿੰਦਾ ਬਾਈਬਲ ਦੀ ਯਸੂ ਮਸੀਹ ਦੀ ਇੱਕ ਸਿੱਖਿਆ ਪੜ੍ਹੇਗਾ ਅਸਰ ਤੇ ਹੋਏਗਾ। ਕਿੱਥੇ ਸੋਚ ਰੱਖਦੇ ਤੁਹਾਡੇ ਘਰਾਂ 'ਚ ਹੁੰਦੇ ਹੋਣਗੇ ਤੇ ਪ੍ਰਚਾਰ, ਹੁਣ ਪੰਜਾਬੀ 'ਚ ਗੱਲ ਕਰਦੇ ਆਣਗੇ ਅਤੇ ਕਹਿਣਗੇ ਆ ਲੈਣ ਮੁਫਤ ਕਿਤਾਬ ਵਧੀਆ, ਜੇ ਕਹੋ ਨਹੀਂ ਸਾਨੂੰ ਲੋੜ ਨਹੀਂ ਤੁਸੀਂ ਘਰ ਰੱਖ ਸਕੋ, ਜੇ ਕਹਿੰਦੇ ਨਹੀਂ ਤੁਸੀਂ ਨਾ ਪੜ੍ਹਿਓ ਘਰ ਰੱਖ ਲਓ, ਕਿਉਂ ਕਹਿੰਦੇ ਰਹੇ ਉਹ ਕਹਿਣਗੇ ਇਹ ਨਹੀਂ ਪੜ੍ਹੇਗਾ ਮੇਰਾ ਪੁੱਤਰ ਜ਼ਰੂਰ ਪੜ੍ਹੇਗਾ। ਕਹੇਗਾ ਬਾਪੂ ਨੇ ਘਰ ਰੱਖੀ ਆ ਕੇ ਕਿਸੇ ਕੰਮ ਵਾਸਤੇ ਰੱਖੀ ਹੋਗੀ ਨਾ, ਤੁਸੀਂ ਸਾਰੀ ਉਮਰ ਨਾਲ ਪੜ੍ਹੋ ਤੁਹਾਡਾ ਪੁੱਤਰ ਪੜ੍ਹੇਗਾ ਤੁਹਾਡਾ ਪੋਤਰਾ ਪ੍ਰਭਾਵਿਤ ਹੋਏਗਾ ਵੱਲ ਤੋਂ। ਇਹ ਚੀਜ਼ਾਂ ਅਸੀਂ ਕਿਉਂ ਨਹੀਂ ਸਮਝਦੇ, ਨਵੇਂ ਯੁੱਗ ਦਾ ਨਵਾਂ ਕਰਨ ਪਰ ਇੰਨਾ ਪਛੜ ਗਿਆ। ਮੈਂ ਸਮਝਦਾ ਕਦੇ ਗੁਰੂ ਗ੍ਰੰਥ ਸਾਹਿਬ ਦੀ ਬਿਰਤ ਵੀ ਨਹੀਂ ਸੀ ਹੋ ਸਕਦੀ ਜੇ ਲੋਕਾਂ ਕੋਲ ਦੱਸਿਆ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਲੋਕਾਂ ਮੰਨਣ ਵਾਲੇ ਹੋ, ਇਹਦੇ 'ਚ ਬਾਬਾ ਕਬੀਰ ਸਾਹਿਬ ਜ਼ਿਲ੍ਹਾ ਹਾਕ ਇੱਥੇ ਜਿਹਦੀ ਗਿਣਤੀ 12 ਕਰੋੜ ਦੇ ਕਰੀਬ ਹੈ ਹਿੰਦੁਸਤਾਨ 'ਚ। ਉਹ ਮੁਸਲਮਾਨ ਵੀਰੋ ਤੁਸੀਂ ਕਿਵੇਂ ਬਿਰਤ ਵੀ ਕਰੋ ਜਦੋਂ ਬਾਬਾ ਸ਼ੇਖ ਪੀਰ ਵਿੱਚ ਪੜੋਗੇ, ਉਹ ਬ੍ਰਾਹਮਣ ਹੋਏ ਨੂੰ ਕਿਵੇਂ ਤੁਸੀਂ ਨਕਾਰੋਗੇ ਜਦੋਂ ਜੈਦੇਵ ਦੀ ਬਾਣੀ 'ਚ ਪੜੋਗੇ। ਕਿਹੜਾ ਧਰਮ ਦਾ ਕਿਹੜਾ ਬੰਦਾ ਜਿਹੜਾ ਗੁਰੂ ਗ੍ਰੰਥ ਸਾਹਿਬ 'ਚ ਨੂੰ ਬੈਠਾ ਜਦੋਂ ਉਹਨਾਂ ਲੋਕਾਂ ਨੂੰ ਸਾਨੂੰ ਨਹੀਂ ਪਤਾ ਲੋਕਾਂ ਨੂੰ ਵੀ ਦੱਸਣ ਦੇ ਸਾਨੂੰ ਕੁਝ ਨਹੀਂ ਪਤਾ ਕਿਹਨਾਂ ਨੂੰ ਭਗਤਾਂ ਵਿੱਚ 15 ਭਗਤਾਂ ਦੀ ਬਾਣੀ ਹੈ, 11 ਭਗਤਾਂ ਦੀ ਬਾਣੀ ਹੈ, 6 ਗੁਰੂ ਸਾਹਿਬ ਦੀ ਬਾਣੀ ਹੈ, ਸਿੱਖਾਂ ਦੀ ਬਾਣੀ ਕਿਹਨੂੰ ਪਤਾ ਆਏ ਸਾਡੇ ਕਿ ਆਪ ਲੰਗਰ ਛੱਕੇ ਤੇ ਰਾਤ ਉਹ ਗੱਲ ਨਾ ਪੜ ਸਕੀ। ਖੈਰ ਮੈਂ ਆਪਣੇ ਵਿਸ਼ੇ ਵੱਲ ਆਉਣਾ, ਮੈਂ ਗੱਲ ਕਰ ਰਿਹਾ ਸੀ ਕਿਵੇਂ ਗੁਰੂ ਧਾਰਨ ਕੀਤਾ। ਇੱਕ ਸ਼ਬਦ ਭਗਤ ਰਾਮਾਨੰਦ ਜੀ ਦਾ, ਭਗਤ ਰਾਮਾਨੰਦ ਜੀ ਦੇ 12 ਚੇਲੇ ਪ੍ਰਮੁੱਖ ਹੋਏ ਨੇ, ਜਿਨ੍ਹਾਂ ਵਿੱਚੋਂ ਸਭ ਤੋਂ ਸ੍ਰੇਸ਼ਟ ਬਾਬਾ ਕਬੀਰ ਸਾਹਿਬ ਨੇ, ਯਾਦ ਰੱਖਣਾ। ਫਿਰ ਸੈਣ ਜੀ, ਰਵਿਦਾਸ ਜੀ, ਨਾਮਦੇਵ ਜੀ, ਤਰਲੋਚਨ ਜੀ, ਸਾਰੇ ਜਿਹੜੇ ਨੇ ਇਹ ਭਗਤ ਰਾਮਾਨੰਦ ਦੇ ਚੇਲੇ ਨੇ। ਇੱਕੋ ਸ਼ਬਦ ਦਾ ਰਾਗ ਬਸੰਤ ਵਿੱਚ, ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਬਾਣੀ ਨਹੀਂ ਪੜ੍ਹਦੇ, ਰਾਗ ਬਸੰਤ ਵਿੱਚ ਸ਼ਬਦ ਹੈ ਕਦ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲਿਆ ਮਨ ਭਜੋਗਾ। ਮੇਰਾ ਹੁਣ ਚਿੱਤ ਨਹੀਂ ਕਰਦਾ ਕਿਤੇ ਗਾਂ ਤੁਹਾਨੂੰ, ਪਰ ਪਿੰਗਲਾ ਹੋ ਗਿਆ ਮੇਰਾ, ਬਾਹਰ ਕਿੱਥੇ ਜਾਵਾਂ ਕਿਉਂਕਿ ਰੱਬ ਮੈਨੂੰ ਘਰੇ ਹੀ ਮਿਲਦੇ, ਬਾਹਰ ਜਾਣ ਦੀ ਮੈਨੂੰ ਲੋੜ ਹੀ ਪੂਰੀ ਸੀ। ਉਹ ਸਵੇਰੇ ਕਿਤੇ ਗੰਗਾ ਇਸ਼ਨਾਨ ਕਰਨ ਜਾਇਆ ਕਰਦੇ ਸਨ ਅੰਮ੍ਰਿਤ ਵੇਲੇ ਵਿੱਚ, ਇਹਦਾ ਜ਼ਿਕਰ ਕੀਤਾ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸਰੂਪ ਲਿਖਿਆ ਸੀ, ਜਿਨ੍ਹਾਂ ਦੀਆਂ ਵਾਰਾਂ ਨੇ ਪੰਜਾਬੀ 'ਚ 673 ਕਵਿਤਰੇ ਬ੍ਰਿਜ ਭਾਸ਼ਾ ਦੇ ਵਿੱਚ। ਉਹ ਲਿਖਦੇ ਨੇ ਕਹਿਣ ਲੱਗੇ ਹੋਏ ਬ੍ਰਖਤ ਕਨਾਰਸੀ ਰਹਿਤਾ ਰਾਮਾਨੰਦ ਹੁਸਾਈ, ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਾਵਣ ਤਾਈ। ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਜਾਂਦਾ ਸੀ। ਬਾਬਾ ਕਬੀਰ ਸਾਹਿਬ ਨੇ ਕਈ ਵਾਰੀ ਉਹਨੂੰ ਉਪਦੇਸ਼ ਮੰਗਿਆ, ਪਰ ਰਾਮਾਨੰਦ ਇਹ ਗੱਲ ਲਿਆ ਕੇ ਟਾਲ ਦਿੰਦਾ ਸੀ ਕਿ ਤੇਰਾ ਪਰਿਵਾਰ ਮੁਸਲਮਾਨ ਪਰਿਵਾਰ ਹੈ। ਇਹ ਗੱਲ ਯਾਦ ਰੱਖਣੀ, ਬਾਬਾ ਕਬੀਰ ਸਾਹਿਬ ਭਾਵੇਂ ਬੇਸ਼ੱਕ ਮੁਸਲਮਾਨ ਪਰਿਵਾਰ ਵਿੱਚ ਪਲੇ ਨੇ, ਪਰ ਉਹਨਾਂ ਦੇ
ਆਪਣੇ ਖਿਆਲਾਤ ਹਿੰਦੂ ਅਤੇ ਇਸਲਾਮ ਦੋਵਾਂ ਨਾਲ ਵੱਖਰੇ ਸਨ, ਦੋਵਾਂ ਤੋਂ ਪ੍ਰਭਾਵਿਤ ਨਹੀਂ ਸਨ। ਬਲਕਿ ਮੈਂ ਤਾਂ ਹੈਰਾਨ ਹੋਇਆ ਜਦੋਂ ਇਸਲਾਮ ਦੀ ਗੱਲ ਕਰਦੇ ਨੇ ਤਾਂ ਪਤਾ ਕੀ ਕਹਿੰਦੇ ਨੇ। ਮੈਂ ਸਮਝਦਾ ਹੋ ਸਕਦਾ ਮੁੱਲਾਂ ਨੇ ਤਾਂ ਵਾਂਗ ਦਿੱਤੀ ਹੋਈ ਸਮਝ ਬਣਾ ਤਾਂ ਮੁੱਲਾਂ ਨੂੰ ਪਤਾ ਕਹਿੰਦੇ ਕਹਿਣ ਲੱਗੇ ਕਬੀਲ ਮੁੱਲਾ ਮਨਾਰੇ ਪਿਆ ਚੜ੍ਹਕ, ਇਹ ਮੁੱਲਾ ਮਨਾਰੇ 'ਤੇ ਚੜ੍ਹ ਚੜ੍ਹ ਕੇ ਵਾਂਗਾਂ ਕਿਉਂ ਦੇ ਰਿਹਾ। ਉਹਨੇ ਕਿਹਾ ਨਾ ਰੱਬ ਨੂੰ ਵਾਜਾ ਮਾਰਦਾ, ਕਹਿਣ ਲੱਗਾ ਰੱਬ ਪੈਰਾ ਹੋ ਗਿਆ, ਬੋਲਾ ਹੋ ਗਿਆ ਵੀ ਤੂੰ ਮਨਾਰ 'ਤੇ ਚੜ੍ਹ ਕੇ ਉੱਪਰ ਲਾਉਣ ਲੱਗਾ ਬੁਲਾਉਣ ਲੱਗਾ। ਕਹਿਣ ਲੱਗੇ ਰੱਬ ਪੈਰਾ ਨਹੀਂ ਬੋਲਾ ਨਹੀਂ ਹੈ, ਆਰਾਮ ਨਾਲ ਕਰ ਬਹਿ ਕੇ ਚੇਤੇ ਕਰ ਰੱਬ ਉੱਥੇ ਤੈਨੂੰ ਮਿਲੇਗਾ। ਕਬੀਰ ਮੁੱਲਾ ਮਨਾਰੇ ਕਿਆ ਚੜ੍ਹੈ, ਸਾਈ ਨਾ ਪੈਰਾ ਹੋਏ ਜਾਂ ਕਾਰਨ ਨੂੰ ਮਾਰ ਕੇ ਦਿਲ ਹੀ ਪੀਤਰ ਚ, ਕਹਿੰਦੇ ਜਿਹਦੇ ਕਰਕੇ ਵਾਂਗਾ ਦੇ ਡਰ ਅੰਦਰ ਦੇਖ ਤੂੰ ਬਾਹਰ ਨਾ ਦਿਓ ਨੂੰ ਛੱਡਿਆ ਕਰਾਂ। ਕਹਿੰਦੇ ਮੈਂ ਰੱਬ ਨੂੰ ਮਿਲਣ ਤੁਰਿਆ ਤਾਂ ਰੱਬ ਨੂੰ ਰਾਜ ਟੱਕਰ ਲਿਆ, ਮੱਕੇ ਦੀ ਮੈਂ ਕਹਿੰਦੇ ਯਾਤਰਾ ਕਰਨ ਚੱਲਾ ਸੀ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਸਾਈ ਨੇ ਮੈਨੂੰ ਰੋਕ ਕੇ ਕਿਹਾ ਕਿੱਧਰ ਤੁਰੇ ਆ, ਕਹਿਣ ਲੱਗਾ ਜੀ ਤੁਹਾਨੂੰ ਮੱਕੇ ਮਿਲਣ ਚੱਲਣਾ, ਕਹਿਣ ਲੱਗਾ ਰੋਕੀ ਦੇ ਕਮਰੇ ਵਿੱਚ ਤੁਸੀਂ ਕਮਰਾ ਉਹ ਚੱਲਣ ਵਾਲੀ ਸਾਡੇ। ਕਬੀਰ ਹੱਜ ਕਾਬੇ ਨੂੰ ਜਾਏ ਥਾ ਆਗੈ ਮਿਲਿਆ ਖਦਾਏ, ਸਾਈ ਮੁਜਿਸ ਨੂੰ ਲੜ ਪਰਿਆ ਤੇ ਅੱਗੇ ਨੂੰ ਫਰਮਾਈ ਗਏ। ਤੈਨੂੰ ਕਿਹਨੇ ਕਹਿਣਾ ਮੈਂ ਉੱਥੇ ਬੈਠਾ ਹੋਇਆ, ਮੈਂ ਤਾਂ ਸਾਰੇ ਦੇ ਵਿੱਚ ਬੈਠਾ। ਸਦਾ ਘੱਟ ਰਾਮ ਬੋਲ, ਰਾਮਾ ਬੋਲਿਆ, ਰਾਮ ਬਿਨਾ ਉਹ ਬੋਲਿਆ। ਖੈਰ ਕਹਿੰਦੇ ਕਹਿੰਦੇ ਉਪਦੇਸ਼ ਮੰਗਿਆ, ਉਹਨੇ ਕਹਿ ਤਾ ਨਹੀਂ ਤੂੰ ਇਸਲਾਮ ਧਰਮ ਵਿੱਚ ਰਹਿਣ ਵਾਲਾ, ਤੇਰੇ ਮਾਂ ਪਿਓ ਇਸਲਾਮੀ ਨੇ, ਮੈਂ ਤੈਨੂੰ ਨਹੀਂ ਉਪਦੇਸ਼ ਦੇਵਾਂਗਾ। ਪਰ ਕਬੀਰ ਸਾਹਿਬ ਨੂੰ ਪਤਾ ਸੀ ਕਿ ਰੱਬ ਨੂੰ ਮਿਲੀ ਹੋਈ ਰੂਹ ਕੀ ਹੈ, ਮੈਨੂੰ ਚੰਗਾ ਉਪਦੇਸ਼ ਇਹ ਮਿਲ ਸਕਦਾ ਹੈ, ਔਰ ਗੁਰੂ ਧਾਰਨਾ ਬੜਾ ਜ਼ਰੂਰੀ ਹੈ। ਮੈਂ ਆਪ ਜੀ ਨੂੰ ਬੇਨਤੀ ਕਰਦਾ, ਗੁਰੂ ਗ੍ਰੰਥ ਸਾਹਿਬ ਨੇ ਬਹੁਤ ਵਾਰੀ ਗੱਲ ਕਹੀ ਹੈ ਕਿ ਮਤ ਉਹ ਕਰਨ ਤੋਂ ਲੈ ਸੰਸਾਰ ਦੁਰਬਿਨ ਹੋਏ ਨਾ, ਪਵਿੱਤਰ ਸੁਭਾਅ ਗੁਰੂ ਧਾਰਨ ਕੇ ਪ੍ਰਾਪਤ ਹੋਵੇਗਾ। ਕਹਿਣ ਲੱਗੇ ਅੱਗੋਂ ਵੀ ਤੇ ਜਾਇ ਕਿਆ ਲੰਮੇ ਪਿਆ ਕਬੀਰ ਸਿਖਾਈ ਦਿੱਤੇ, ਜੋ ਰਾਜ ਮੰਗ ਰਹੇ ਸੀ ਨਾ ਰਾਮਾਨੰਦ ਜੀ, ਰਸਤੇ ਵਿੱਚ ਜਾ ਕੇ ਲੇਟ ਗਏ ਹਨੇਰੇ ਸਵਰ ਤੇ, ਚਾਰਾ ਤਾਂ ਹੁੰਦਾ ਨਹੀਂ ਸੀ। ਜਦੋਂ ਲੰਘੇ ਤਾਂ ਕਹਿੰਦੇ ਵੀ ਪੈਰ ਵਜਾ ਰਾਮਾਨੰਦ ਦਾ, ਤੇ ਆਪਣੇ ਸੁਭਾਅ ਦੇ ਮੁਤਾਬਕ ਉਹਨਾਂ ਕਿਹਾ ਰਾਮ ਜੀ ਪਿਆਰੇ ਰਾਮ ਕਹੋ, ਵੀ ਉਹ ਚਰਾਉਂਦਿਆਂ ਪਿਆਰਿਆ ਉੱਠ ਕੇ ਰੱਬ ਜਾਓ ਰਾਮ ਰਾਮ ਕਹਿ। ਬਸ ਇੰਨਾ ਉਪਦੇਸ਼ ਮਿਲਿਆ ਤੇ ਉੱਚੀ ਉੱਚੀ ਰਾਮ ਰਾਮ ਕਰਕੇ ਉੱਠ ਗਿਆ। ਇਹ ਕਿਹੜਾ ਵੇਖੀ ਵੀ ਇਹ ਮੁਸਲਮਾਨ ਜਲਾਏ ਦਾ ਮੁੰਡਾ ਕਬੀਰ ਕਰਦਾ ਕਿ ਰਾਮ ਰਾਮ ਜਪਦਾ, ਉਹ ਸਾਰਿਆਂ 'ਚ ਰੌਲਾ ਪਾਤਾ। ਕਹਿਣ ਲੱਗਾ ਮੈਨੂੰ ਮੰਤਰ ਦਿੱਤਾ ਰਾਮਾਨੰਦ। ਮੈਨੂੰ ਕਿਤੇ ਘਟਨਾ ਬੜੀ ਚੇਤੇ ਆਉਂਦੀ ਹੈ, ਦਸਵੇਂ ਪਾਤਸ਼ਾਹ ਦੇ ਵਕਤ ਨਾ ਕਿਸੇ ਹੋਇਆ ਭਾਈ ਤੇਲਾ ਘੋੜਿਆਂ ਦੀ ਸਫਾਈ ਸਫੂਈ ਕਰਦਾ ਸੀ, ਲੇਕਿਨ ਸੁੱਟਦਾ ਹੁੰਦਾ ਸੀ, ਹੈ ਭੋਲਾ ਭਾਲਾ, ਵੈਸੇ ਸਿੱਖੀ ਕਮਾਈ ਘੋੜਿਆਂ ਨੇ ਚਲਾਤਾ ਨਹੀਂ ਕਮਾਈ, ਭੋਲਾ ਪਾਓ ਕਿ ਬੇਚ ਲਾ। ਕਿਸੇ ਨੇ ਕਿਹਾ ਮੰਦਰ ਲਿਆਏ ਗੁਰੂ ਸਾਹਿਬ ਦੇ ਕੋਲ, ਕਹਿਣ ਲੱਗਾ ਤੁਹਾਨੂੰ ਤਾਂ ਪਤਾ ਨਹੀਂ ਮੰਦਰ ਕੀ ਹੁੰਦਾ। ਕਹਿੰਦਾ ਗੁਰੂ ਸਾਹਿਬ ਦੇ ਕੋਲ ਲੈ ਕੇ ਇਹ ਗਿਆ, ਗੁਰੂ ਸਾਹਿਬ ਦੇ ਸ਼ੇਰੀ ਨਾਲ ਚੱਲੇ ਸੀ ਘੋੜੇ ਸਵਾਰੀ ਹੋਣ ਲੱਗੀ, ਇਹ ਅੱਗੋਂ ਭੱਜ ਕੇ ਹੋ ਗਿਆ। ਕਹਿੰਦਾ ਮਹਾਰਾਜ ਕਿਰਪਾ ਕਰੋ ਮੈਨੂੰ ਗੁਰਮੰਦਰ ਦੇ ਦਿਓ, ਅਤੇ ਸਤਿਗੁਰੂ ਹੱਸ ਕੇ ਅੱਗੋਂ ਕਹਿਣ ਲੱਗੇ ਭਾਈ ਵੇਲਾ ਤੇਰਾ ਵਕਤ ਨਾ ਵੇਲਾ, ਵੀ ਤੂੰ ਕੋਈ ਗਲਤ ਵਿੱਚ ਆ ਰਿਹਾ ਕਰ, ਅਸੀਂ ਚੱਲੇ ਹਾਂ ਕਿਹਾ ਮੁਹਿੰਮ ਤੇ ਬਾਹਰ, ਘੋੜੇ ਸਵਾਰ ਹੈ ਤੂੰ ਰਸਤੇ ਸਾਨੂੰ ਘੇਰ ਕੇ ਕਹਿ ਰਿਹਾ ਮਹਾਰਾਜ ਨੂੰ ਮੰਦਰ ਦੇ ਦਿਓ। ਸਤਿਗੁਰਾਂ ਦਾ ਸੁਭਾਅ ਕਿਹਾ ਕਿ ਭਾਈ ਵੇਲਾ ਤੇਰਾ ਵਕਤ ਨਾ ਵੇਲਾ, ਇਹਨੇ ਸੋਚਿਆ ਮੇਰਾ ਉਪਦੇਸ਼ ਮਿਲ ਗਿਆ, ਜਿੱਥੇ ਮੈਂ ਆਪਣੇ ਪਾਸੇ ਵੀ ਚੱਕਰ ਕਰਿਆ ਭਾਈ ਵੇਲਾ ਤੇਰਾ ਵਕਤ ਨਾ ਵੇਲਾ, ਭਾਈ ਵੇਲਾ ਤੇਰਾ ਵਕਤ ਨਾ ਵੇਲਾ। ਉਹ ਜਿਹੜਾ ਸੁਣਿਆ ਕਰੇ ਉਹ ਆਖੇ ਵੀ ਇਹ ਕਿੱਥੋਂ ਨਵੀਂ ਬਾਣੀ ਲੈ ਕੇ ਆਇਆ, ਅਸੀਂ ਤਾਂ ਕਿਸੇ ਗ੍ਰੰਥ 'ਚ ਪੜ੍ਹੀ ਨਹੀਂ। ਕਿਸੇ ਸਿੱਖ ਨੇ ਪੁੱਛ ਲਿਆ, ਕਹਿਣ ਲੱਗਾ ਹਾਂ ਭਗਤੀ ਕਿੱਥੋਂ ਪੜ੍ਹਦੇ, ਜਿਹੜਾ ਮੈਨੂੰ ਰੋਜ਼ ਸੁਣਦਾ ਯਾਰ, ਸਵੇਰੇ ਸ਼ਾਮ ਤੋਂ ਰੱਟਾ ਲਾਇਆ ਹੁੰਦਾ। ਕਹਿਣ ਲੱਗਾ ਗੁਰੂ ਸਾਹਿਬ ਨੇ ਤਾਂ ਮੈਨੂੰ ਮੰਦਰ ਕਹਿੰਦਾ, ਜਾ ਕੇ ਗੁਰੂ ਸਾਹਿਬ ਨਾਲ ਗੱਲ ਕੀਤੀ, ਫਿਰ ਮਹਾਰਾਜ ਸਾਨੂੰ ਮੰਦਰ ਤੁਸੀਂ ਹੋਰ ਹੋਰ ਦਿੱਤੇ ਤੇ ਇਹਨੂੰ ਕਿਹੜਾ ਮੰਦਰ ਦੇ ਦਿੱਤਾ ਨਾਲ, ਇਹ ਤਾਂ ਕਿਸੇ ਗ੍ਰੰਥ 'ਚ ਲੱਭਦਾ ਨਹੀਂ। ਮਹਾਰਾਜ ਕਹਿੰਦੇ ਕਿਹੜਾ ਮੰਦਰ ਦਿੱਤਾ ਇਹਨੂੰ। ਕਹਿਣ ਲੱਗੇ ਮਹਾਰਾਜ ਜਦੋਂ ਮੇਰੇ ਇੱਕ ਗੱਲ ਪੜ੍ਹਦਾ ਰਹਿੰਦਾ ਭਾਈ ਵੇਲਾ ਤੇਰਾ ਵਕਤ ਨਾ ਵੇਲਾ,
ਗੁਰੂ ਕਹਿੰਦੇ ਅਸੀਂ ਤੈਨੂੰ ਵੈਸੇ ਕਿਹਾ ਸੀ, ਅਸੀਂ ਚੱਲੇ ਸੀ, ਸਾਡਾ ਘੋੜਾ ਹੋ ਕੇ ਵਿਆਹ ਗਿਆ ਅਤੇ ਇਹਦੇ ਮੰਤਰੀ ਬਣਾ ਲਿਆ, ਪਰ ਇਹਦੇ ਪ੍ਰੇਮ ਨਾਲ ਉਹਨੇ ਜਪਿਆ ਸੀ, ਪ੍ਰਵਾਨ ਹੋ ਗਿਆ ਸੀ। ਪ੍ਰੇਮ ਜਦੋਂ ਭਾਈ ਗੁਰਦਾਸ ਆਪਣੇ ਦੇ ਪੈਰੀ ਨੂੰ ਉਠਾ ਲਿਆ, ਬੋਲੋ ਰਾਮ ਸਿੱਖ ਸਮਝਾਏ, ਪੈਰ ਵੱਜਣ 'ਤੇ ਉੱਠ ਕਹਿਣ ਲੱਗੇ ਉੱਠ ਰਾਮ ਕੇ ਪਿਆਰੇ ਰਾਮ ਕਰੋ, ਅਤੇ ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਜਿਉਂ ਲੋਹਾ ਪਾਰਸ ਛੂਹੇ, ਜਿਵੇਂ ਲੋਹਾ ਪਾਰਸ ਨੂੰ ਛੂਹ ਜਾਂਦਾ ਅਤੇ ਸੋਨਾ ਬਣ ਜਾਂਦਾ, ਚੰਦਨ ਵਾਸ ਨਿਮਲਾ ਕਾਈ, ਜਿਵੇਂ ਚੰਦਨ ਦੇ ਨੇੜੇ ਰਹਿ ਕੇ ਕਹਿਣ ਲੱਗੇ ਨਿਮ ਖੁਸ਼ਬੂਦਾਰ ਹੋ ਜਾਂਦੀ ਹੈ। ਕਹਿੰਦੇ ਇਸੇ ਤਰ੍ਹਾਂ ਹੀ ਮਾਨੋ ਪੂਰੇ ਪੁਰਖ ਰਾਮਾਨੰਦ ਦਾ ਜਦੋਂ ਚਰਨ ਲੱਗਾ ਇਸ ਕਬੀਰ ਨੂੰ ਤਾਂ ਕਹਿਣ ਲੱਗੇ ਤਾਂ ਜੀਵਨ ਬਦਲ ਗਿਆ, ਐਸਾ ਜੀਵਨ ਬਦਲਿਆ, ਇੰਨੀ ਕਮਾਈ ਕੀਤੀ। ਗੁਰਮੁਖੋ 541 ਸ਼ਬਦ ਤੋਂ ਨੇ ਜਿਹੜੇ ਗੁਰੂ ਨਾਨਕ ਸਾਹਿਬ ਦੇ ਦਰ ਪ੍ਰਵਾਨ ਅਤੇ ਗੁਰੂ ਗ੍ਰੰਥ ਸਾਹਿਬ 'ਚ ਕਰਦੇ। ਅੱਛਾ, ਉਹਨਾਂ ਦੇ ਨਾ ਇੱਕ ਹੋਰ ਚੀਜ਼ ਲਿਖਣ ਵਾਲੀ ਹੈ, ਉਹਨਾਂ ਦੀ ਬਾਣੀ ਵਿੱਚ ਬੜੇ ਬੜੇ ਵੱਖ ਵੱਖ ਵਿਸ਼ੇ ਨੇ। ਮੈਂ ਇੱਕ ਦੋ ਵਿਸ਼ੇ ਨਾਲ ਤੁਹਾਡੇ ਨਾਲ ਸਾਂਝੇ ਕਰਾਂ, ਕਿਉਂਕਿ ਥੋੜ੍ਹੇ ਸਮੇਂ ਸਾਰੇ ਵਿਸ਼ੇ ਤੱਕ ਨਹੀਂ ਮੈਂ ਕਰ ਸਕਦਾ, ਪਰ ਕੁਝ ਕੁ ਵਿਸ਼ੇ ਮੈਂ ਤੁਹਾਡੇ ਨਾਲ ਸਾਂਝੇ ਕਰਦਾ ਵੀ ਉਹਨਾਂ ਦਾ ਨਜ਼ਰੀਆ ਕਿਹੜਾ ਸੀ ਗੁਰੂ ਨਾਨਕ ਸਾਹਿਬ ਨੂੰ ਪਸੰਦ ਆਇਆ। ਕਰਮਕਾਂਡ ਦਾ ਬੜਾ ਬੋਲਬਾਲਾ ਸੀ ਉਹ, ਇਸ ਕਰਮਕਾਂਡ ਦਾ ਜ਼ਿਕਰ ਬਾਬਾ ਕਬੀਰ ਸਾਹਿਬ ਨੇ ਆਪਣੀ ਬਾਣੀ ਵਿੱਚ ਕੀਤਾ, ਉਹ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਕਿਉਂਕਿ ਅੱਜ ਵੀ ਹੈ। ਬਾਬਾ ਕਬੀਰ ਸਾਹਿਬ ਗੌੜੀ ਰਾਗ ਵਿੱਚ ਕਹਿੰਦੇ, ਕਈ ਬੰਦਿਆਂ ਨੂੰ ਇਸ ਗੱਲ ਦਾ ਵਹਿਮ ਹੋ ਗਿਆ ਕਿ ਸ਼ਹਿਰ ਦੇ ਕੱਪੜੇ ਨਾ ਪਾਈਏ ਤਾਂ ਰੰਗ ਮਿਲ ਜਾਂਦਾ। ਇਹ ਹਿੰਦੁਸਤਾਨ ਵਿੱਚ ਅੱਜ ਬਹੁਤ ਹੈ, ਇੱਥੇ ਬਾਹਰ ਦੇ ਸਰਕਾਰੀ ਕਰ ਗਏ ਨੇ, ਪੰਜਾਬ ਦੀ ਕੁਛ ਧਰਤੀ 'ਤੇ ਵੀ ਚੇਂਜਿੰਗ ਆ ਗਈ ਹੈ, ਨਹੀਂ ਤਾਂ ਤੁਸੀਂ ਪੰਜਾਬ ਤੋਂ ਬਾਹਰ ਚਲੇ ਜਾਓ ਕਈ ਸਟੇਟਾਂ ਵਿੱਚ, ਉੱਥੇ ਅੱਜ ਵੀ ਬੜਾ ਵਹਿਮ ਇਸ ਗੱਲ ਦਾ ਵੀ ਜੇ ਕੱਪੜੇ ਨਾ ਪਾਈਏ ਤਾਂ ਰੰਗ ਮਿਲ ਜਾਂਦਾ। ਬਾਬਾ ਕਬੀਰ ਸਾਹਿਬ ਕਹਿਣ ਲੱਗੇ, ਨਗਨ ਫਿਰਤ ਜੋ ਪਾਈ ਹੈ ਯੋਗ, ਬਨ ਕਾ ਮ੍ਰਿਗ ਮੁਕਤ ਸਾਧੂ। ਕਹਿਣ ਲੱਗੇ ਭਲੇ ਉਹ ਜੇ ਕਿਤੇ ਕੱਪੜੇ ਲਾ ਕੇ ਰੱਬ ਹੀ ਮਿਲਦਾ ਹੁੰਦਾ, ਅਤੇ ਜਿੰਨੇ ਇਹਨੇ ਜਾਨਵਰ ਚੜੇ ਤੁਰੇ ਫਿਰਦੇ ਨੇ ਤਾਂ ਕਿਹੜੇ ਕੱਪੜੇ ਦਾ ਵੀ ਨੰਗੇ ਤੁਰੇ ਫਿਰਦੇ, ਇਹ ਸਾਰੇ ਮੁਕਤ ਨੇ। ਨਗਨ ਫਿਰਤ ਜੋ ਪਾਈ ਹੈ ਯੋਗ, ਬਨ ਕਾ ਮ੍ਰਿਗ ਮੁਕਤ ਸਭ ਲੋਕ, ਕਿਆ ਨਾਂਗੇ ਕਿਆ ਵਾਧੇ ਜਾਮ, ਜਬ ਨਹੀਂ ਚੀਨਸ ਆਤਮ ਰਾਮ। ਫਿਰ ਇੱਕ ਵਹਿਮ ਸੀ ਕਿ ਕਈ ਵਾਲ ਨੂੰ ਨਹੀਂ ਛੱਡਦੇ ਸੰਸਾਰੇ, ਰੋਣ ਮੋੜ ਹੋ ਜਾਣਾ ਅਤੇ ਕਹਿਣਾ ਰੱਬ ਮਿਲਦਾ ਇੱਥੇ। ਬਾਬਾ ਕਬੀਰ ਸਾਹਿਬ ਬੜੇ ਵਿਗਿਆਨਕ ਢੰਗ ਨਾਲ ਜਵਾਬ ਦਿੰਦੇ, ਕਹਿਣ ਲੱਗੇ ਮੂਨ ਮਿਲਾਏ ਜੋ ਸਿੱਧ ਪਾਈ, ਮੁਕਤੀ ਭੇਦ ਨਾ ਗਈ ਜਾਂਦਾ। ਕਹਿਣ ਲੱਗੇ ਜੇਕਰ ਸਿਰ ਮੰਨਿਆ ਰੱਬ ਮਿਲਦਾ ਭਾਈ, ਭੇਦ ਸਭ ਤੋਂ ਪਹਿਲਾਂ ਕੌਣ ਜਾਣੀ ਸੱਚਖੰਡ ਨੂੰ, ਇਹ ਵਿਚਾਰੀ ਹਰ ਸਾਲ ਹੀ ਮੰਨੀ ਜਾਂਦੀ ਹੈ, ਉਹਦੀ ਲਾੜ ਮੇਰੇ ਉੱਤੋਂ ਸਾਰੀ ਹੋਣੀ। ਫਿਰ ਅਗਲੀ ਗੱਲ, ਕਈਆਂ ਨੂੰ ਵਹਿਮ ਹੋ ਗਿਆ ਵੀ ਗ੍ਰਿਸਤੀ ਨਹੀਂ ਹੋਣਾ, ਅੱਜ ਵੀ ਕਈ ਸਾਡੇ ਵਿੱਚ ਕਈ ਕਈ ਗੱਲਾਂ ਕਹਿੰਦੇ ਨੇ ਕਿ ਜੇ ਗ੍ਰਿਸਤੀ ਨਾ ਹੋਈਏ ਤਾਂ ਰੱਬ ਨੂੰ ਮਿਲੇ। ਹਾਂ, ਇਹ ਗੱਲ ਹੋ ਸਕਦੀ ਹੈ ਵੀ ਕੋਈ ਬੰਦਾ ਇਹ ਗੱਲ ਆਖੇ ਕਿ ਭਾਈ ਮੈਂ ਨਹੀਂ ਪਰਿਵਾਰ ਦੀ ਜ਼ਿੰਮੇਵਾਰੀ ਨਿਭਾ ਸਕਦਾ, ਜਾਂ ਮੈਂ ਆਪਣਾ ਸੰਪੂਰਨ ਜੀਵਨ ਜਿਹੜਾ ਉਹ ਪੰਥ ਲੈ ਕੇ ਸੇਵਾ ਦੇ ਕੇ ਲਾਉਣਾ, ਇਸ ਕਰਕੇ ਮੈਂ ਗ੍ਰਿਸਤੀ ਨਹੀਂ ਹੋਇਆ, ਪਰ ਮੇਰੀ ਗ੍ਰਿਸਤੀ ਨਾਲ ਵਿਰੋਧ ਕੋਈ ਨਹੀਂ, ਜਿਵੇਂ ਭਾਈ ਗੁਰਦਾਸ ਸਾਹਿਬ ਨੇ ਗ੍ਰਿਸਤੀ ਨਹੀਂ ਹੈ, ਪਰ ਗ੍ਰਿਸਤੀ ਨਾਲ ਵਿਰੋਧ ਕੋਈ ਨਹੀਂ, ਬਲਕਿ ਗ੍ਰਿਸਤੀ ਸਪੋਰਟ ਕਰਦੇ ਨੇ ਕਿ ਸਭ ਤੋਂ ਵੱਡਾ ਸ੍ਰੇਸ਼ਟ ਧਰਮ ਹੈ ਗ੍ਰਿਸਤੀ। ਇਹ ਗੱਲ ਤਾਂ ਦਾ, ਪਰ ਇਹ ਗੱਲ ਕਹਿਣੀ ਕਿ ਜਿਹੜਾ ਗ੍ਰਿਸਤੀ ਬੰਦਾ ਉਹ ਰੱਬ ਨੂੰ ਪ੍ਰਾਪਤ ਨਹੀਂ ਕਰ ਸਕਦਾ, ਆਪ ਜੀ ਨੂੰ ਪਤਾ ਨਾ ਗੁਰੂ ਨਾਨਕ ਸਾਹਿਬ ਦੇ ਵੇਲੇ ਇਹ ਗੱਲ ਹੋਈ ਸੀ, ਜਿਸ ਦਿਨ ਸਾਡੇ ਲਾਗੇ ਬਟਾਲਾ ਦੇ ਬਰਪਿੰਦਰ ਕਾਲੋ ਸਾਹਿਬ ਬੈਠੇ ਨੇ, ਉੱਥੇ ਚਰਚਾ ਹੋਈ ਸੀ ਗੁਰੂ ਨਾਨਕ ਸਾਹਿਬ ਦੀ ਯੋਗੀਆਂ ਨਾਲ, ਉਹਨਾਂ ਗੁਰੂ ਨਾਨਕ ਸਾਹਿਬ ਨੂੰ ਬੜਾ ਬੜਾ ਤਾਨਾ ਮਾਰਿਆ, ਉਹ ਤਾਨਾ ਇਸ ਗੱਲ ਦਾ ਮਾਰਿਆ ਵੀ ਜਦੋਂ ਗੁਰੂ ਸਾਹਿਬ ਯਾਤਰਾ ਤੋਂ ਨਿਕਲੇ ਸਨ ਤੇ ਬਸਤਰ ਪਾਏ ਸਨ ਭਗਵੇ, ਤੇ ਜਦੋਂ ਇੱਥੇ ਟੱਕਰੇ ਗੁਰੂ ਸਾਹਿਬ ਤੇ ਉਹਨਾਂ ਬਸਤਰ ਸਾਦੇ ਪਾਏ ਸਨ, ਪੇਂਡੂ ਲਿਬਾਸ ਸਾਦੀ ਦਸਤਾਰ, ਉਹ ਵੇਖ ਕੇ ਸੜ ਉੱਠੇ ਵੀ ਇਹ ਤਾਂ ਉਹ ਯੋਗੀ ਜਿਹੜਾ ਸਾਨੂੰ ਪਹਾੜਾਂ 'ਚ ਮਿਲਿਆ ਸੀ, ਇਹ ਕੀ ਬਣਾ ਵਿੱਚ ਹੈ।
ਉਹਨਾਂ ਸਤਿਗੁਰਾਂ ਉੱਤੇ ਨੇੜਾ ਮਾਰਿਆ ਕਹਿਣ ਲੱਗੇ ਭੇਤ ਉਤਾਰ ਉਦਾਸਤਾ ਵੱਧ ਕੇ ਉਹ ਸੰਸਾਰੀ ਰੀਤ ਚਲਾਈ ਕਹਿਣ ਲੱਗੇ ਆਪ ਕੀ ਕੀਤਾ ਤੂੰ ਆਪ ਕੱਪੜੇ ਉਤਾਰ ਕੇ ਸਾਰੇ ਉਦਾਸ ਵਾਲੇ ਅਤੇ ਕ੍ਰਿਸ਼ਤੀ ਕੱਪੜੇ ਪਾ ਲਏ ਅਤੇ ਸਤਿਗੁਰੂ ਕਹਿਣ ਲੱਗੇ ਚਿੰਤਾ ਨਾ ਕਰੋ ਜਿੱਦਣ ਮੈਂ ਤੁਹਾਨੂੰ ਉੱਥੇ ਟੱਕਰਿਆ ਸੀ ਮੇਰੇ ਉਦੋਂ ਵੀ 2 ਵਜੇ ਸਨ ਮੈਂ ਉਦੋਂ ਸ਼ਾਦੀ ਸ਼ੁਦਾ ਸੀ ਆਪ ਨੂੰ ਪਤਾ ਹੋਏਗਾ ਉਦਾਸੀਆਂ ਤੋਂ ਪਹਿਲਾਂ ਮਾਰੇ ਗ੍ਰਿਸ਼ਤੀ ਸਨ ਉਹ ਬੱਚੇ ਸਨ ਮਾਰੇ ਮਹਾਰਾਜ ਕਹਿੰਦੇ ਮੈਂ ਉਦੋਂ ਕਿਤੇ ਕ੍ਰਿਸ਼ਤੀ ਤੋਂ ਬਗੈਰ ਥੋੜ੍ਹੀ ਸੀ ਉਦੋਂ ਮੈਂ ਕ੍ਰਿਸ਼ਤੀ ਸੀ 2 ਬੱਚੇ ਸੀ ਮੇਰੇ ਪਰਿਵਾਰ ਸੀ ਮੇਰਾ ਅਤੇ ਕਹਿਣ ਲੱਗੇ ਮੈਂ ਕੱਪੜੇ ਵੀ ਤੁਸੀਂ ਭਗਵੇ ਪਾਏ ਸੀ ਸਾਧੂ ਵਾਲੇ ਮਹਾਰਾਜ ਕਹਿੰਦੇ ਸਮੇਂ ਦੀ ਲੋੜ ਤਾਂ ਪਾਲੇ ਸੀ ਭਗਵੇ ਕੱਪੜੇ ਇੱਕ ਤਾਂ ਤੁਸੀਂ ਧਾਰਨ ਜਿਹਨੂੰ ਵਿੱਚ ਲੋਕ ਇਕੱਠੇ ਛੇਤੀ ਹੋ ਜਾਂਦੇ ਨੇ ਸਾਨੂੰ ਵੇਖ ਕੇ ਦੂਜਾ ਵੀ ਮੈਲ ਭਰੇ ਮੈਲੇ ਘੱਟ ਹੁੰਦੇ ਨੇ ਧੋਣ ਦੀ ਬਹੁਤੀ ਲੋੜ ਨਹੀਂ ਸੀ ਕਿ ਸਫ਼ਰ 'ਚ ਰਹਿਣਾ ਸੀ ਤਾਂ ਪਾਏ ਸੀ ਅਤੇ ਉਹ ਕਹਿਣ ਲੱਗੇ ਵੀ ਕਿਸ ਤਰ੍ਹਾਂ ਹੋ ਸਕਦਾ ਤੁਸੀਂ ਇਹ ਕੱਪੜੇ ਪਾ ਕੇ ਕਿਵੇਂ ਸੰਸਾਰ ਨੂੰ ਤਰ ਸਕਦੇ ਹੋ ਦ੍ਰਿਸ਼ਟੀ ਬਣ ਕੇ ਕਿਵੇਂ ਸੰਸਾਰ ਨੂੰ ਤਰੋਗੇ ਕਿਉਂਕਿ ਦੁਨੀਆ ਸਾਬਿਤ ਉੱਤਰ ਗਈ ਹੈ ਕਿਉਂ ਕਰ ਪਾਈ ਆ ਪਾ ਲਓ ਕਿਵੇਂ ਪਾ ਕਰੋ ਚਰ ਪਟ ਬੋਲਿਆ ਉਹ ਤੂੰ ਨਾਨਕ ਤੇ ਉਹ ਸੱਚਾ ਵਿਚਾਰ ਸੱਚਾ ਵਿਚਾਰ ਤੇ ਕਿਵੇਂ ਤਰੇਗਾ ਉੱਥੇ ਫਿਰ ਸਤਿਗੁਰਾਂ ਜਵਾਬ ਦਿੱਤਾ ਸੀ ਕਿ ਜੈਸੇ ਜਲ ਮੈਂ ਕਮਲ ਨਾਲ ਮੁਰਗਾ ਇੰਨੀ ਸਾਰਾ ਸ਼ਬਦ ਸੁਰਤ ਭਾਵ ਸਾਗਰ ਕਰੀਏ ਨਾਨਕ ਨਾਮ ਨੂੰ ਖਾਣ ਫਿਰ ਕਹਿੰਦੇ ਸਨ ਗ੍ਰਿਸ਼ਤੀਆਂ ਨੂੰ ਤੁਸੀਂ ਮਾੜੇ ਹੋ ਤੁਸੀਂ ਚੰਗੇ ਤੁਸੀਂ ਪਾਰ ਨਹੀਂ ਹੋਣਾ ਗ੍ਰਿਸ਼ਤੀ ਵਿਚਾਰੇ ਡਰਦੇ ਸਨ ਗੁਰੂ ਸਾਹਿਬ ਨੇ ਕਿਹਾ ਕਹਿਣ ਲੱਗੇ ਉਹ ਸ਼ਰਮ ਕਰੋ ਇਹਨਾਂ ਦੇ ਕੋਲੋਂ ਮਨ ਮਨ ਭੇਖਾਂ ਦੇ ਵੇਲੇ ਨੂੰ ਡਰਦੇ ਫਿਰਦੇ ਜੋ ਨਿੰਦ ਅਨਿੰਦ ਕਰ ਛੋੜੇ ਸੋਈ ਫਿਰ ਰਾਤ ਸਤਿਗੁਰ ਨੇ ਚੰਗੇ ਰਾਹ ਸੋ ਇਹ ਇੱਕ ਮਰਿਆਦਾ ਇੱਕ ਰੀਤ ਪ੍ਰਚਲਿਤ ਹੋ ਗਈ ਸੀ ਵੀ ਗ੍ਰਿਸ਼ਤੀ ਨਹੀਂ ਹੋਣਾ ਅਤੇ ਬਾਬਾ ਕਬੀਰ ਸਾਹਿਬ ਕਹਿਣ ਲੱਗੇ ਜੇ ਕਿਤੇ ਗ੍ਰਿਸ਼ ਤੋਂ ਬਗੈਰ ਬੰਦਾ ਰੱਬ ਨੂੰ ਪਾ ਸਕਦਾ ਤਾਂ ਕਹਿਣ ਲੱਗੇ ਖੁਸਰਾ ਵਿਚਾਰਾ ਸਭ ਤੋਂ ਪਹਿਲਾਂ ਬ੍ਰਹਮ ਗਿਆਨੀ ਹੋਣਾ ਚਾਹੀਦਾ ਸੀ ਬਿੰਦ ਰਾਤ ਨੇ ਉਤਰੀ ਹੈ ਭਾਈ ਖੁਸਰੇ ਕਿਉਂ ਨਾ ਉਹਦੇ ਚਾਰ ਤੇ ਗ੍ਰਿਸ਼ਤੀ ਹੁੰਦੇਗੀ ਸਾਰੀ ਮਹਾਰਾਜ ਕਹਿਣ ਲੱਗੇ ਬਾਬਾ ਕਬੀਰ ਸਾਹਿਬ ਕਿਹੜੇ ਪਾਸੇ ਅੱਛਾ ਫਿਰ ਉਹਨਾਂ ਭੇਤ ਦੀ ਗੱਲ ਕੀਤੀ ਇਸ ਵਿਚਾਰਧਾਰਾ ਨੂੰ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਸਾਹਮਣੇ ਲਾ ਕੇ ਪੜ੍ਹੋ ਅਤੇ ਸਤਿਗੁਰੂ ਪਾਸਾ ਦੀ ਵਾਰ ਵਿੱਚ ਕਹਿੰਦੇ ਕਿ ਪਾਗੋਂ ਤੇ ਕਾਣਾ ਕਈ ਜੁੱਤੀ ਨਹੀਂ ਪਾਉਂਦੇ ਅਤੇ ਜਦੋਂ ਕੰਡੇ ਚੁੱਟ ਜਾਂਦੇ ਫਿਰ ਰੋਂਦੇ ਵੀ ਨਹੀਂ ਸਾਡੇ ਪਿਆਰ 'ਚ ਕੱਚ ਕੱਟ ਗਏ ਪੱਗੋਂ ਪਿਤਾਣਾ ਆਪਣਾ ਪੀਆ ਕਮਾਣਾ ਅਲਮਲ ਖਾਈ ਸਿਰ ਸ਼ਾਹੀ ਪਾਈ ਮੂਰਖ ਅੰਧਾ ਪਤ ਗਵਾਈ ਵਿਣ ਨਾਣਾ ਕਿਸ ਥਾਏ ਨਾ ਪਾਈ ਰਹਿ ਗੁਰਬਾਣੀ ਮੜੀ ਨਸਾਣੀ ਅੰਧ ਨਾ ਜਾਣਿਆ ਫਿਰ ਪਿਛਤਾਣੀ ਸਭ ਤੋਂ ਭੇਟੇ ਸੋ ਸੁਖ ਪਾਈ ਸਾਰੀ ਸਾਰੀ ਪੌੜੀ ਵਿੱਚ ਗੁਰੂ ਨਾਨਕ ਸਾਹਿਬ ਨੇ ਇਸੇ ਵਿਚਾਰ ਦਾ ਜ਼ਿਕਰ ਕੀਤਾ ਦਸਵੇਂ ਪਾਤਸ਼ਾਹ ਦੀ ਬਾਣੀ ਪੜ੍ਹੋ ਅਤੇ ਬਿਲਕੁਲ ਇਸੇ ਹੀ ਗੱਲ ਦੀ ਵਿਆਖਿਆ ਉਹਨਾਂ ਕੀਤੀ ਖੂਬ ਮਲ ਪਾਈ ਗਜ ਗਧਾ ਬਹੁਤ ਧਾਰੀ ਗਿੱਧੂਆ ਪਸਾਣ ਵਾਸ ਕਰੇ ਹੋਈ ਕਰਦਾ ਹੈ ਉੱਗੂ ਮੱਠ ਵਾਸੀ ਲੱਗੇ ਦੌਲਤ ਉਦਾਸੀ ਮ੍ਰਿਗ ਤਰਵਰ ਸਦੀਮ ਮੋਨ ਸਾਡੇ ਹੀ ਮ੍ਰਿਤ ਹੈ ਇਹ ਸਾਰੀ ਗੱਲ ਮਾਰਾ ਕੀਤੀ ਔਰ ਫਿਰ ਗੁਰੂਆਂ ਕਾਜੀਆਂ ਅਤੇ ਪੁਰਾਣਿਆਂ ਨੂੰ ਨਕਾਰਿਆ ਬਾਬਾ ਕਬੀਰ ਸਾਹਿਬ ਨੇ ਜ਼ਿਕਰ ਕੀਤਾ ਕਹਿਣ ਲੱਗੇ ਪੰਡਿਤ ਹਮਰਾ ਝਗੜਾ ਰਹਾ ਨਾ ਕਹੂ ਪੰਡਿਤ ਮੁੱਲਾ ਛਾਡੇ ਦੋ ਭਾਵ ਨਾ ਤਾਂ ਮੈਂ ਸ਼ਰਾਹ ਵਾਲੀ ਗੱਲ ਮੰਨਦਾ ਅਤੇ ਨਾ ਮੈਂ ਪੰਡਤਾਂ ਦੇ ਪਾਏ ਭਰ ਮੰਨਦਾ ਜਦੋਂ ਇਸ ਗੱਲ ਦਾ ਰੌਲਾ ਪਿਆ ਤਾਂ ਸਵਾਸ ਇਹ ਗੱਲ 1488 ਦੀ ਹੈ ਉਦੋਂ ਸਿਕੰਦਰ ਲੋਧੀ ਦਾ ਰਾਜ ਸੀ ਅਤੇ ਸਿਕੰਦਰ ਲੋਧੀ ਜਦੋਂ ਇੱਥੇ ਆਇਆ ਨਾ ਬਨਾਰਸ ਕਾਸ਼ੀ ਇਹ ਸ਼ਿਕਾਇਤ ਉਦੋਂ ਹੋਈ ਵੀ ਇਹ ਕਬੀਰ ਦੋਵਾਂ ਨੂੰ ਮੰਨਦਾ ਨਾ ਤਾਂ ਇਸਲਾਮ ਨੂੰ ਅਤੇ ਨਾ ਹਿੰਦੂ ਧਰਮ ਨੂੰ ਬਲਕਿ ਉਹ ਜੇ ਗੱਲ ਕਹਿੰਦਾ ਕਿ ਹਮਰਾ ਝਗੜਾ ਰਹਾ ਨਾ ਕਹੂ ਪੰਡਿਤ ਮੁੱਲਾ ਸਾਡੇ ਦੋ ਉਹਨੇ ਕਿਹਾ ਲਿਆ ਪੜ ਕੇ ਲਿਆਂਦਾ ਗਿਆ ਕਵਾ ਇਹ ਕਹਿੰਦੀ ਆ ਵੀ ਸਿਕੰਦਰ ਲੋਧੀ ਕਹਿੰਦਾ ਨੂੰ ਸਲਾਮ ਕਰ ਕਹਿੰਦਾ ਮੈਂ ਤੈਨੂੰ ਸਲਾਮ ਕਿੰਨਾ ਕਹਿਣ ਲੱਗਾ ਵੀ ਮੈਂ ਰਾਜਾ ਵਾਂ ਕਹਿੰਦਾ ਰਾਜਾ ਪਰ ਮੈਂ ਤੈਨੂੰ ਨਹੀਂ ਲਿਆ
ਸਾਡਾ ਆਇਆ ਨਹੀਂ ਹੋ ਸਕਦਾ, ਸਾਡਾ ਤਾਂ ਪਰਮਾਤਮਾ ਆਇਆ, ਉਹਨੂੰ ਸਲਾਮ ਕਰਾਂਗੇ, ਤੈਨੂੰ ਵੀ ਸਲਾਮ ਕਰਾਂਗੇ। ਹੁਣ ਕਿਸੇ ਰਾਜੇ ਨੂੰ ਕੋਈ ਸਲਾਮ ਨਾ ਕਰੇ, ਇਹਦਾ ਰਿਜ਼ਲਟ ਦਿਖੇਗਾ ਨਾ ਕੋਈ। ਉਹ ਕਹਿਣ ਲੱਗਾ ਇਹ ਵਾਕਿਆ ਬਾਗੀ ਹੈ, ਉਹਨੇ ਫਤਵਾ ਸੁਣਾਇਆ, ਕਹਿਣ ਲੱਗਾ ਇਹਨੂੰ ਹਾਥੀ ਅੱਗੇ ਸੁੱਟੋ, ਹਾਥੀ ਵੀ ਖੂਨੀ ਜਿਹੜਾ ਕਤਲ ਕਰ ਦੇਵੇ। ਉਦੋਂ ਸਜ਼ਾ ਦਿੱਤੀ ਜਾਂਦੀ ਸੀ। ਉਹਦਾ ਜ਼ਿਕਰ ਬਾਬਾ ਕਬੀਰ ਸਾਹਿਬ ਨੇ ਆਪਣੀ ਬਾਣੀ ਵਿੱਚ ਕੀਤਾ। ਉਹ ਕਹਿਣ ਲੱਗੇ ਤੇਰੀਆਂ ਦੋਵੇਂ ਬਾਹਾਂ ਬੰਨ ਕੇ, ਲੱਤਾਂ ਬੰਨ ਕੇ, ਢੇਰ ਉਹਨਾਂ ਕੋਲ ਇਕੱਠਾ ਕਰਕੇ ਨਾ ਗੱਢ ਜੀ ਬਣਾ ਕੇ ਗੱਠੜੀ ਇੱਕ ਹਾਥੀ ਵਿੱਚ ਸੁੱਟਿਆ ਗਿਆ। ਜਦੋਂ ਹਾਥੀ ਆਇਆ ਤੇ ਹਾਥੀ ਨੇ ਆਣ ਕੇ ਕੀਤਾ ਵੀ ਉਹਨੂੰ ਪਹਿਲਾਂ ਭੱਜਾ, ਕੋਲ ਆਇਆ ਤੇ ਕੋਲ ਆਣ ਕੇ ਗੱਠੜੀ ਨੂੰ ਪਾ ਕੇ ਸੁੰਡ ਵਿੱਚ ਤਾਂ ਚੁੱਕਿਆ, ਤਾਂ ਚੁੱਕੇ ਮੱਥੇ ਨਾਲ ਲਾ ਕੇ ਫਿਰ ਚਲਿਆ ਗਿਆ। ਇਹ ਗੱਲ ਦਾ ਜ਼ਿਕਰ ਉਹਨਾਂ ਆਪਣੀ ਬਾਣੀ ਵਿੱਚ ਕੀਤਾ। ਕਹਿਣ ਲੱਗੇ ਫਿਰ ਚੁੱਕਿਆ, ਤਿੰਨ ਵਾਰੀ ਉਹਨੇ ਚੁੱਕ ਚੁੱਕ ਕੇ ਮੱਥੇ ਨਾਲ ਲਾ ਕੇ ਥੱਲੇ ਸੁੱਟ ਦਿੱਤਾ, ਥੱਲੇ ਰੱਖ ਕੇ ਤੇ ਪਿਛਾਂ ਹੋ ਗਿਆ। ਜਿਹੜਾ ਕਾਜੀ ਸੀ ਨਾ ਉਹ ਮਹਾਵਤ ਨੂੰ ਗਾਲਾਂ ਕੱਢੇ, ਉਹ ਆਖੇ ਤੋਰ ਨਾ ਚੜਾ ਜੋ ਕਬੀਰ ਦੇ ਉੱਤੇ ਰੱਖਿਆ ਪੈਰਾਂ 'ਤੇ ਕੰਮ ਨਿਬੜੇ ਦਾ। ਪਰ ਜਾਨਵਰ ਨੂੰ ਸਮਝ ਆ ਗਈ ਕਿ ਇਹਨੂੰ ਨਹੀਂ ਮਾਰ। ਉਹ ਲਿਖਦੇ ਨੇ ਬਾਬਾ ਕਬੀਰ ਸਾਹਿਬ ਕਹਿਣ ਲੱਗੇ, ਭੁਜਾ ਬਾਂਧ ਭਿਲਾ ਕਰ ਡਾਰਿਓ, ਹਸਤੀ ਕਰੂਪ ਮੂੰਡ ਮੈਂ ਮਾਰਿਓ। ਕਹਿਣ ਲੱਗੇ ਕੁੰਚਲ ਕੋਟ ਲੈ ਲੈ ਨਮਸਕਾਰ ਹੈ, ਬੂਝੀ ਨਹੀਂ ਕਾਜੀ ਹਥਿਆਰ ਹੈ। ਕਹਿਣ ਲੱਗੇ ਇਸ ਗੱਲ ਦੀ ਸਮਝ ਕਾਜੀ ਨੂੰ ਨਹੀਂ ਪਈ। ਤੇ ਫਿਰ ਉਹ ਹਾਥੀ ਕਹਿੰਦਾ ਕਿਆ ਅਪਰਾਧ ਸੰਤ ਹੈ ਕੀਨਾ, ਬਾਂਧ ਕੋਟ ਕੁੰਚਲ ਕੋ ਦੀਨਾ। ਕਹਿੰਦੇ ਨੇ ਕੀ ਅਪਰਾਧ ਕੀਤਾ ਤੁਸੀਂ ਬੰਨ ਬਣ ਕੇ ਸੁੱਟੀ ਜਾ ਰਹੇ ਹੋ। ਜਦੋਂ ਨਹੀਂ ਗੱਲ ਬਣੀ, ਸਿਕੰਦਰ ਨੂੰ ਕਿਹਾ ਗਿਆ, ਕਹਿਣ ਲੱਗੇ ਜੀ ਹਾਥੀ ਨਹੀਂ ਮਾਰਦਾ, ਉਹ ਤੇ ਛਾਂਟ ਦਿੰਦਾ। ਫਿਰ ਕਹਿਣ ਲੱਗੇ ਹੋ ਸਕਦਾ ਜਾਨਵਰ ਨਹੀਂ ਜੀ ਕਰਦਾ, ਜਦੋਂ ਕਹਿੰਦੇ ਐਂ ਕਰੋ ਬੰਨ ਕੇ ਤੇ ਗੰਗਾ ਸੁੱਕ ਹੋ ਜਾਓ। ਸਾਧ ਸੰਗਤ ਬੰਨ ਕੇ ਜੰਜੀਰਾਂ ਵਿੱਚ ਬਾਬਾ ਕਬੀਰ ਸਾਹਿਬ ਕਹਿੰਦੇ ਗੰਗਾ ਵਿੱਚ ਸੁੱਟਿਆ ਗਿਆ। ਗੰਗ ਗੁਸਾਇਨ ਗਹਿਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ, ਮਨ ਨਾ ਡਿੱਗਿਆ ਤਨ ਕਾਹੇ ਪੁਗਰਾਏ, ਚਰਨ ਕਮਲ ਚਿੱਤ ਰਹੇ ਸਮਾਏ। ਫਿਰ ਕਹਿਣ ਲੱਗੇ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮਿਰਗਸ਼ਾਲਾ ਪਰ ਬੈਠੇ। ਜਦੋਂ ਬੰਨ ਕੇ ਸੁੱਟਿਆ ਗਿਆ ਗੰਗਾ ਵਿੱਚ, ਐਸੀ ਰੱਬ ਦੀ ਕਰਨੀ ਹੋਈ ਜੰਜੀਰਾਂ ਟੁੱਟ ਗਈਆਂ, ਐਸੀ ਛਲ ਵਜੀ ਗੰਗਾ ਦੇ ਬਾਹਰ ਕੱਢ ਕੇ ਸੁੱਟ ਦਿੱਤਾ। ਕਹਿੰਦੇ ਇਸ ਤਰ੍ਹਾਂ ਬੈਠੇ ਨੇ ਜਿਵੇਂ ਮਿਰਗਸ਼ਾਲਾ 'ਤੇ ਬੈਠੇ ਹੋ, ਕਿਸੇ ਆਸਣ 'ਤੇ ਬੈਠੇ ਹੋ, ਕੱਖ ਨਹੀਂ ਪਾ ਸਕੇ, ਬੜਾ ਰੌਲਾ ਪਿਆ। ਸਾਧ ਸੰਗਤ ਇਹ ਭਗਤਾਂ ਦੇ ਨਾਲ ਹੁੰਦਾ ਆਇਆ ਯਾਰ, ਜਿਹੜੇ ਬੰਦੇ ਸੱਚ ਦੀ ਗੱਲ ਕਰਨਗੇ ਉਹਨਾਂ ਨੂੰ ਇਹਨਾਂ ਕਸ਼ਟਾਂ 'ਚ ਗੁਜ਼ਰਨਾ ਹੁੰਦੇ। ਜਿਹੜਾ ਵੀ ਸੱਚ ਦੀ ਗੱਲ ਕਰੇਗਾ ਦੁਨੀਆਂ ਨੂੰ ਗੱਲ ਪਾਏਗੀ। ਪਰ ਪਰਮਾਤਮਾ ਜਿਹੜਾ ਬੇਅੰਤ ਹੈ ਉਹ ਵੀ ਫਿਰ ਆਪਣੇ ਭਗਤਾਂ ਦੀ ਰੱਖਿਆ ਕਰਨ ਵਾਸਤੇ ਆ ਜਾਂਦਾ। ਜਿੱਦਣ ਸੱਚ ਦੀ ਗੱਲ ਕਰਨਾ ਲਾਦ ਕਰਦਾ, ਉਹਦਾ ਆਪਣਾ ਹੀ ਪਿਓ ਦਾ ਦੁਸ਼ਮਣ ਬਣ ਪੈਂਦਾ ਵੀ ਤੂੰ ਸੱਚ ਕਿਉਂ ਬੋਲਦਾ। ਪਰ ਕੈਸੀ ਗੱਲ ਹੈ ਕਿ ਉਸੇ ਭਗਤ ਦੀ ਰਾਖੀ ਕਰਨ ਵਾਸਤੇ ਪਰਮਾਤਮਾ ਪ੍ਰਗਟ ਹੋ ਜਾਂਦਾ ਤੇ ਫਿਰ ਨਾਸ ਦਾ ਵੱਧ ਕਰ ਦਿੰਦਾ, ਖਤਮ ਕਰ ਦਿੰਦਾ। ਹੁਣ ਜਦੋਂ ਇਹ ਸਾਰੇ ਵਾਰ ਚੱਲੇ ਤੇ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਵੀ ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਵਿੱਚ ਕਰਤਾ ਪੁਰਖ ਖਲੋਆ ਵਾਲ ਦਾ ਵਿੰਗਾ ਹੋ। ਜਦੋਂ ਮਾਲਕ ਬਚਾਉਣ 'ਤੇ ਆ ਜਾਏ ਸਾਧ ਸੰਗਤ ਫਿਰ ਕੌਣ ਮਾਰ ਸਕਦਾ, ਅਤੇ ਜਿੱਦਣ ਮਾਲਕ ਆਪ ਮਾਰਨ 'ਤੇ ਆ ਜਾਵੇ ਫਿਰ ਉਹਨੂੰ ਬਚਾ ਕੋਈ ਨਹੀਂ ਸਕਦਾ। ਇੱਕ ਬੜੀ ਸੁੰਦਰ ਗਾਥਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਲਿਖੀ ਹੈ ਗੁਰੂ ਅਰਜਨ ਸਾਹਿਬ ਨੇ ਵੀ ਹਿਰਨੀ ਆਪ ਨੇ ਇਸ਼ਾਰਾ ਕੇ ਸੁਣੀ ਹੋਵੇ, ਸ਼ਿਕਾਰ ਕਰਨ ਵਾਸਤੇ ਸ਼ਿਕਾਰੀ ਆਇਆ ਅਤੇ ਹਿਰਨੀ ਬੈਠੀ ਨੂੰ ਦੇਖ ਲਿਆ, ਇੱਕ ਪਾਸੇ ਜਾਲ ਲਾ ਦਿੱਤਾ, ਇੱਕ ਪਾਸੇ ਅੱਗ ਬਾਲ ਦਿੱਤੀ, ਇੱਕ ਪਾਸੇ ਕੁੱਤਾ ਖੜਾ ਕਰ ਲਿਆ, ਇੱਕ ਪਾਸੇ ਆਪ ਹੋ ਗਿਆ ਤੀਰ ਲੈ ਕੇ। ਕਹਿਣ ਲੱਗਾ ਹੁਣ ਕਿੱਥੇ ਭੱਜੇਗੀ ਹਿਰਨੀ, ਹੁਣ ਵੇਖਦਾ ਕਿੱਧਰ ਜਾਏਗੀ ਦਾ ਸ਼ਿਕਾਰ ਪੈਣ ਕਾਰਨ।
ਤੇ ਪ੍ਰਭੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ ਹੈ, ਗੁਰੂ ਮੇਰੀ ਰੱਖਿਆ ਕਰੋ, ਮਿਹਰ ਕਰੋ, ਮੇਰੀ ਜਾਨ ਬਚਾਓ। ਅਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਐਸੀ ਕਰਾਮਾਤ ਵਰਤੀ, ਹਵਾ ਦਾ ਰੁੱਖ ਬਦਲਿਆ ਅਤੇ ਜਾਲ ਵਾਲੇ ਪਾਸੇ ਨੂੰ ਹਵਾ ਚੱਲੀ ਨਾ, ਅਤੇ ਜਾਲ ਸੀ ਧਾਗੇ ਦਾ ਟੁੱਟ ਗਿਆ, ਸੜ ਗਿਆ। ਇਸ ਸ਼ਿਕਾਰੀ ਦੇ ਪੈਰ ਤੇ ਕਿਤੇ ਸੱਪ ਨੇ ਡੰਗ ਮਾਰਿਆ, ਜਿਹੜਾ ਨਿਸ਼ਾਨਾ ਹਿਰਨੀ ਦੇ ਮਾਰਨਾ ਸੀ ਆਪਣੇ ਪੁੱਤ ਦੇ ਵੱਜ ਗਿਆ, ਉਹ ਵੀ ਮਰ ਗਏ, ਆਪ ਵੀ ਮਰ ਗਿਆ ਅਤੇ ਚਾਰੇ ਰਾਤ ਹੋ ਗਏ। ਉਹ ਗੁਰੂ ਗ੍ਰੰਥ ਸਾਹਿਬ ਵਿੱਚ ਪੰਕਤੀਆਂ ਦਰਜ ਨੇ, ਮਿਰਗੀ ਭਿੱਖਣ ਤਬਦਤ ਪ੍ਰਹਰੀ ਨਾਖ ਅਬੱਧ ਹੈ। ਮਿਰਗੀ ਹਿਰਨੀ, ਹਿਰਨੀ ਨੂੰ ਸ਼ਿਕਾਰੀ ਨੇ ਵੇਖਿਆ, ਉਹ ਜਸ ਖੇਲ ਉਪਾਲਾ ਨਾਨਕ ਗੁਣਗੁਣਾ ਛਿੱਤ, ਕਹਿਣ ਲੱਗੇ ਵੇਖੋ ਸਰਬ ਦਾ ਕਮਾਲ, ਵਾਹ ਨਹੀਂ ਉਹਦਾ ਵਿੰਗਾ ਹੋਇਆ, ਕਹਿਣ ਲੱਗੇ ਉਸ ਹਿਰਨੀ ਦਾ ਪਰਮਾਤਮਾ ਨੇ ਬਚਾ ਲਿਆ। ਇਸੇ ਤਰ੍ਹਾਂ ਬਾਬਾ ਕਬੀਰ ਸਾਹਿਬ ਦਾ ਬਚਾਅ ਹੋਇਆ, ਜਦੋਂ ਪੰਡਤਾਂ ਨੂੰ ਪਤਾ ਲੱਗਾ ਵੀ ਨਹੀਂ ਗੱਲ ਬਣੀ, ਮਰੇ ਨੇ ਬੜਾ ਯੋਗਦਾਨ, ਸਾਸਕ ਬਦਨਾਮੀ ਕਰਨ ਵਾਸਤੇ ਹੋਰ ਕੰਮ ਕੀਤਾ ਬਾਬਾ ਕਬੀਰ ਸਾਹਿਬ ਦੇ ਨਾਲ, ਉਹ ਕੰਮ ਕੀ ਕੀਤਾ, ਸਾਰੇ ਪਿੰਡ ਵਿੱਚ ਢੰਡੋਰਾ ਪਵਾ ਦਿੱਤਾ ਸ਼ਰਾਰਤੀਆਂ ਦੇ ਰਲ ਕੇ, ਵੀ ਅੱਜ ਬਾਬਾ ਕਬੀਰ ਸਾਹਿਬ ਦੇ ਘਰ ਬੜਾ ਵੱਡਾ ਭੰਡਾਰਾ ਹੋਣਾ, ਕੱਲ੍ਹ ਨੂੰ ਜੀ ਸਾਰੇ ਉੱਥੇ ਲੰਗਰ ਛਕਣਗੇ। ਮੰਨ ਲਓ ਮੇਰੇ ਵਰਗਾ ਗਰੀਬ ਗੁਰੂ ਪਿੰਡ ਚ ਰਹਿੰਦਾ ਹੋਵੇ ਅਤੇ ਮੇਰੇ ਨਾਂ ਦਾ ਬਾਹਰ ਢੰਡੋਰਾ ਕੱਟਦਾ ਜਾਵੇ, ਵੀ ਗਿਆਨੀ ਦੇ ਘਰ ਸਾਰੇ ਲੰਗਰ ਛਕਣ ਜਾਣਾ, ਉੱਥੇ ਪਦਾਰਥ ਬਣਨੇ ਨੇ, ਅਤੇ ਮੇਰੀ ਹਾਲਤ ਕਿਹੋ ਜਿਹੀ ਹੋਏਗੀ, ਮੈਂ ਤਾਂ ਆਪਣੀ ਰੋਟੀ ਪੂਰੀ ਨਾ ਕਰ ਸਕਦਾ, ਸਾਰੇ ਪਿੰਡ ਨੂੰ ਕਿੱਥੋਂ ਛਕਾਉਣਾ ਵਾ। ਸਾਰੇ ਬਨਾਰਸ ਢੰਡੋਰਾ ਕੱਟਿਆ ਗਿਆ ਵੀ ਕਬੀਰ ਦੇ ਘਰ ਲੰਗਰ ਪਕੜਾਂਗੇ, ਕੱਲ੍ਹ ਭੰਡਾਰਾ ਹੋਣਾ ਬੜਾ ਵੱਡਾ, ਸਾਰਿਆਂ ਉੱਥੇ ਲੰਗਰ ਛਕਣ ਜਾਣਾ। ਸਾਧ ਸੰਗਤ ਨੂੰ ਜਦੋਂ ਗੱਲ ਦਾ ਕਬੀਰ ਸਾਹਿਬ ਨੂੰ ਪਤਾ ਲੱਗਾ, ਉਹਨਾਂ ਨੇ ਆਖਿਆ ਵੀ ਤੂੰ ਕਰਨਾ ਸ਼ਰਾਰਤ ਹੋ ਗਈ, ਮੈਂ ਤਾਂ ਇਹਦਾ ਭੰਡਾਰਾ ਨਹੀਂ ਕਰ ਸਕਦਾ, ਠੀਕ ਹੈ ਕੋਈ ਸਾਧ ਆ ਜਾਵੇ, ਘਰ ਵਿੱਚ ਗਰੀਬੀ ਹੈ ਇਸ ਗੱਲ ਦਾ ਜ਼ਿਕਰ ਬਾਬਾ ਕਬੀਰ ਸਾਹਿਬ ਦੀ ਬਾਣੀ ਵਿੱਚ ਹੁੰਦਾ। ਉਹ ਆਪ ਕਹਿੰਦੇ ਨੇ, ਬਾਬਾ ਜੀ ਨੇ ਬੜਾ ਪਿਆਰਾ ਸ਼ਬਦ ਪੜਿਆ ਸੀ ਕਥਾ ਤੋਂ ਪਹਿਲਾਂ, ਵੀ ਕੰਜਰ ਸਿੰਘ ਪਾਈ ਆ ਨਹੀਂ ਧੁਲ ਮਨ ਦੇ ਰਾਮ ਲੀਆ। ਮੈਂ ਕਈ ਵਾਰੀ ਅਰਜ ਕਰਦਾ ਜੇ ਕਿਤੇ ਰੱਬ ਪੈਸੇ ਨਾਲ ਮਿਲਦਾ ਹੁੰਦਾ ਨਾ, ਤੇ ਕਬੀਰ ਵਰਗਿਆਂ ਨੂੰ, ਅਰਦਾਸ ਵਰਗਿਆਂ ਨੂੰ, ਸੈਣ ਵਰਗਿਆਂ ਨੂੰ ਕਦੇ ਰੱਬ ਨਹੀਂ ਸੁਣ ਸਕਦਾ, ਕਿਉਂਕਿ ਰੋਟੀ ਜੋ ਵੀ ਪੈਸੇ ਨੇ ਸਰ ਉਹ ਰੱਬ ਨੂੰ ਲੈ ਲੈਂਦਾ ਸੀ, ਇਹ ਰੱਬ ਦੇ ਹੀ ਕਬੀਰਾਂ ਦੀ ਜ਼ਮੀਰ ਬਣ ਗਿਆ ਜਾ ਸੀ। ਪਰ ਇਹ ਸ਼ੁਕਰ ਕਰੋ ਕਿ ਰੱਬ ਪੈਸੇ ਨਾਲ ਨਹੀਂ ਮਿਲਦਾ, ਇਹ ਪ੍ਰੇਮ ਨਾਲ ਮਿਲਦਾ। ਕੰਚਨ ਸਿੰਘ ਪਾਈ ਆ ਨਹੀਂ ਦੋਲ ਮਨ ਦੇ ਰਾਮ ਲੀਆ ਅਮੋਲ। ਜਿੱਦਣ ਸਮਣ ਤੇ ਹੁਸਨ ਨੇ ਗੱਲ ਪੁੱਛੀ ਸੀ ਨਾ ਗੁਰੂ ਅਰਜਨ ਸਾਹਿਬ, ਪਰਮਾਤਮਾ ਕਿਵੇਂ ਮਿਲਦਾ, ਕੀ ਪੈਸੇ ਨਾਲ ਮਿਲਦਾ, ਤੇ ਗੁਰੂ ਅਰਜਨ ਸਾਹਿਬ ਜੀ ਨੇ ਬੜਾ ਸੁੰਦਰ ਵਚਨ ਚੌਹਲੇ ਵਿੱਚ ਲਿਖਿਆ ਸੀ, ਕਹਿਣ ਲੱਗੇ ਸਮਣ ਜੋ ਇਸ ਪ੍ਰੇਮ ਕੀ ਦਮ ਤੇ ਹੋਤੀ ਸਾਗ, ਰਾਮ ਨੂੰ ਸੋ ਰੰਗਣਾ ਹੈ ਜਿਨ ਸਿਰ ਦੀਨੇ ਕਾਠ। ਕਹਿਣ ਲੱਗੇ ਜੇ ਕਿਤੇ ਰੱਬ ਪੈਸੇ ਨਾਲ ਮਿਲਦਾ, ਰਾਮ ਨੇ ਕਿਤੇ ਕੰਗਾਲ ਸੀ ਆਪਣੇ ਸਿਰ ਵੱਲ ਵੱਲ ਭੇਟ ਕਰਦਾ ਰਿਹਾ, ਉਹ ਤੇ ਸੋਨੇ ਦੀ ਲੰਕਾ ਦਾ ਮਾਲ ਸੀ, ਸੋਨਾ ਜੇ ਰੱਬ ਨੂੰ ਖਰੀਦ ਸਕਦਾ ਸੀ, ਪਰ ਰੱਬ ਪੈਸੇ ਨਾਲ ਨਹੀਂ ਮਿਲਦਾ। ਇੱਕ ਬੜਾ ਪਿਆਰਾ ਵਚਨ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ ਕਿ ਨਾਲ ਤੂੰ ਆ ਮੈਂ ਵਸ ਬਹੁਤ ਘਣਾ ਬਣੇ, ਰੋਇਆ ਜਿਹੜਾ ਵਸ ਹੁੰਦਾ ਕਿ ਬੜਾ ਘਿਕ ਘਿਕ ਕੇ ਰੋਂਦੇ ਆ ਨਾ, ਵੀ ਗਲਾ ਪਾੜ ਪੜ ਕੇ ਰੋਂਦੇ ਨੇ ਰੱਬ ਇਤਨਾ ਮਿਲ। ਨਾ ਤੂੰ ਆ ਮੈਂ ਵਸ ਬਹੁਤ ਘਣਾ ਬਣੇ, ਨਾ ਤੂੰ ਆ ਮੈਂ ਵਸ ਬਹੁਤਾ ਨਾਣ ਦੇ, ਨਾ ਤੂੰ ਆ ਮੈਂ ਵਸ ਕੀਰ ਘਾਈ ਹੈ, ਨਾ ਤੂੰ ਆ ਮੈਂ ਵਸ ਧਰਤੀ ਧਾਈ ਹੈ, ਨਾ ਤੂੰ ਆ ਮੈਂ ਵਸ ਕਿਤਰਾ ਸਿਆਣਪ ਹੈ, ਨਾ ਤੂੰ ਆ ਮੈਂ ਵਸ ਬਹੁਤਾ ਦਾਨ ਦੇ, ਫਿਰ ਕਿਤਨਾ ਜੀ ਸਭ ਤੋਂ ਤੇਰਾ ਵਸ ਅਗਮ ਗੋਚਰਾ, ਤੂੰ ਭਗਤਾਂ ਕਿਆ ਵਸ ਭਗਤਾਂ, ਤੂੰ ਭਗਤਾਂ ਦੇ ਵਸ, ਕਿਉਂਕਿ ਭਗਤਾਂ ਨੂੰ ਤੇਰਾ ਹੀ ਆਸਾ। ਖੈਰ ਮੈਂ ਅੱਜ ਕਰਦਾ ਸਿਰਫ ਵੀ ਹੈ ਗਰੀਬੀ ਸੀ, ਇਸ ਗੱਲ ਦਾ ਜ਼ਿਕਰ ਬਾਬਾ ਕਬੀਰ ਸਾਹਿਬ ਨੇ ਬਾਣੀ ਵਿੱਚ ਕੀਤਾ। ਉਹ ਕਹਿੰਦੇ ਮੇਰੀ ਮਾਂ ਰੋਜ਼ ਰੋਂਦੀ ਹੈ ਵੀ ਤੂੰ ਮੈਨੂੰ ਹੋਰ ਵੀ ਗਿਆ, ਮੌਸਮੋਂ ਸਰੋਵ ਹੈ, ਮੌਸਮ ਉਸ ਦਾ ਮਤਲਬ ਘੋਰੇ ਲੈ ਲੈ ਕੇ ਕੁਸਤੀਆਂ ਲੈ ਲੈ ਕੇ, ਮੌਸਮੋਂ ਸਰੋਵ ਹੈ ਕਬੀਰ ਕੀ ਮਾਈ, ਇਹ ਬਾਲਕ ਕੈਸੇ ਜੀਵੈ ਰੁਰਾਈ,
ਹਰ ਕਾ ਨਾਮ ਲਿਖ ਲਈ ਉਸ ਲਈ। ਔਰ ਗਰੀਬੀ ਇਸ ਗੱਲ ਦਾ ਫਿਕਰ ਕਹਿੰਦੇ ਵੀ ਸਾਨੂੰ ਖਾਣ ਨੂੰ ਆਪ ਨਹੀਂ ਮਿਲਦਾ, ਆਉਣ ਲੱਗੇ ਨਾਲ ਸਵੱਧ ਲਈ ਜਾਂਦਾ ਬਾਹਰ ਮੂੰਡ ਪਲੋਸ ਸਿਰੇ ਕਾ ਹੱਥ ਜੋੜਦੇ ਕਹਿੰਦੇ ਹੁੰਦੇ ਨੇ ਮੂੰਡ ਪਲੋਸ ਕਮਰ ਵੱਧ ਪੋਥੀ ਲਾਗਤ ਵਾਲੇ ਪੋਥੀਆਂ ਵਧੀਆ ਨੇ। ਤੇ ਜਦੋਂ ਘਰ ਆ ਜਾਂਦੇ ਨੇ ਇਕੱਠੇ ਹੋ ਕੇ ਤੇ ਸਾਨੂੰ ਕਹਿੰਦਾ ਵੀ ਜਿਹੜਾ ਆਟਾ ਲਿਆਦਾ ਸੀਗਾ ਰੋਟੀ ਸਾਹਿਬ ਉਹਨੂੰ ਖਵਾ ਲਿਓ ਤੇ ਤੁਸੀਂ ਚਣੇ ਚਾਵਲ ਗੁਜ਼ਾਰਾ ਕਰੋ। ਮੂੰਡ ਪਲੋਸ ਕਮਰ ਵੱਧ ਪੋਥੀ ਹਮ ਉਹ ਚਾਵਣ ਚਾਵਲ ਆ ਭੁੱਜੇ ਦਾਣੇ ਉਹਨੂੰ ਰੋਟੀ। ਇੱਕ ਵੀਰ ਸਾਹਿਬ ਦੀ ਮਾਂ ਕਹਿੰਦੀ ਹੈ ਕਿ ਸੁਣੋ ਦਰਾਣੀ ਸੁਣੋ ਜਠਾਨੀ ਨਾ ਚੱਲਦੀ ਇੱਕ ਭਇਓ ਸਾਤ ਸੂਤ ਇਹਨੂੰ ਮੁੰਡੀਏ ਵੀ ਇਹ ਮੁੰਡਿਆ ਕਿਉਂ ਨਾ ਮਿਲੋ। ਕਹਿਣ ਲੱਗੀ ਸਾਰਾ ਕੁਛ ਛੱਡਦਾ ਮੁੰਡਾ ਮਰ ਕੇ ਨਹੀਂ ਜਾਂਦਾ। ਇਹ ਮਾਂ ਕਹਿ ਰਹੀ ਵੀਰ ਸਾਹਿਬ ਢੰਡੋਰਾ ਪਿੱਟਦਾ। ਜਦੋਂ ਇਸ ਗੱਲ ਦਾ ਪਤਾ ਉਹਨਾਂ ਸੰਗੀਤ ਪੁਰਸ਼ਾਂ ਨੂੰ ਲੱਗਾ ਜਿਹੜੇ ਬਾਬਾ ਕਬੀਰ ਸਾਹਿਬ ਦੀ ਸ਼ੋਭਾ ਤੋਂ ਮੁਤਾਸਰ ਸਨ, ਉਹਨਾਂ ਨੇ ਰਲ ਮਿਲ ਕੇ ਉਪਰਾਲਾ ਕੀਤਾ ਵੀ ਇਹ ਤਾਂ ਗਲਤ ਗੱਲ ਹੋਈ, ਇੱਕ ਰੱਬ ਦੀ ਬੰਦਗੀ ਕਰਨ ਵਾਲਾ ਬੰਦਾ ਅਤੇ ਉਹਦੇ ਨਾਲ ਧੋਖਾ। ਸਾਧ ਸੰਗਤ ਨਾਲ ਰਲ ਮਿਲ ਕੇ ਕਾਰਜ ਕੀਤਾ, ਪ੍ਰਭੂ ਨੇ ਕਿਰਪਾ ਕੀਤੀ, ਮਨ ਰਹਿਮਤ ਪਈ ਅਤੇ ਪ੍ਰਸ਼ਾਦਾ ਪਾਣੀ ਤਿਆਰ ਹੋਇਆ ਅਤੇ ਸਭ ਨੇ ਛੱਡਿਆ। ਪ੍ਰਸੰਗ ਹੋ ਕੇ ਜੋ ਘਰ ਤੁਰੇ ਜਾਣ ਦੇ ਨਾਲ ਤੁਰੇ ਜਾਣ ਦੇ ਨਾਲ ਗੁਰਦੁਆਂ 'ਚ ਪਾਈ ਦਾਲ ਦੇ ਨਾਲ ਸ਼ਾਦੇ ਚੁੱਕੀ ਜਾਣ ਅਤੇ ਧਾਰਨ ਕਬੀਰ ਧਾਰਨ ਕਬੀਰ ਹੋ ਗਈ ਵੀ ਜਿਹੜੇ ਬੰਦੇ ਕੋਲ ਆਪਣੇ ਕੋਲ ਰੋਟੀ ਨਹੀਂ ਸੀ ਅੱਜ ਸਾਰਾ ਕਾਸ਼ੀ ਦਾ ਪੰਡਿਤ ਅਤੇ ਬ੍ਰਾਹਮਣ ਇਕੱਠੇ ਹੋ ਕੇ ਰੋਟੀ ਖਾਣ ਉਹਦੇ ਘਰ ਗਏ ਅਤੇ ਸਾਰੇ ਲੋਕ ਰਾਜ ਰਾਜ ਆ ਰਹੇ ਨੇ। ਅਤੇ ਜਦੋਂ ਕਬੀਰ ਸਾਹਿਬ ਨੂੰ ਪੁੱਛਿਆ ਵੀ ਤੁਸੀਂ ਕਿਵੇਂ ਕੀਤਾ ਅਤੇ ਉਹਨਾਂ ਇਹ ਨਹੀਂ ਸੀ ਕਿਹਾ ਵੀ ਆਹ ਲੰਗਰ ਨਇਆ ਲਾਇਆ ਅਤੇ ਮੇਰੀ ਗੱਦੀ ਨਾ ਚੱਲੇ, ਅਸੀਂ ਤਾਂ ਕਰਦੇ ਹਾਂ ਆਹ ਫਲਾਣਾ ਕੰਮ ਮੈਂ ਜੇ ਮੈਂ ਤਾਂ ਬੰਦੇ ਹੋਣਾ ਹੀ ਨਹੀਂ, ਸਾਡਾ ਦਾਵਾ ਇਹ ਹੋਣਾ ਸਾਡੇ ਦਾਅਵੇ ਇਹੋ ਜਿਹੇ ਆ ਨਾ ਕਿ ਮੈਂ ਤਾਂ ਬੰਦੇ ਹੋਣਾ ਹੀ ਨਹੀਂ ਸੀ। ਪਰ ਬਾਬਾ ਕਬੀਰ ਸਾਹਿਬ ਨੇ ਜਦੋਂ ਪੁੱਛਿਆ ਨਾ ਕਿ ਤੁਸੀਂ ਕੀਤਾ ਅਤੇ ਉਹਨਾਂ ਨੇ ਹੱਥ ਜੋੜ ਕੇ ਆਖਿਆ ਨਾ ਜੀ ਨਾ ਨਾਮ ਕੀਆ ਨਾ ਕਰਾਂਗੇ ਨਾ ਕਰ ਸਕਦਾ ਸਹੀ। ਕਹਿੰਦੇ ਜੀ ਇੰਨਾ ਵੱਡਾ ਭੰਡਾਰਾ ਮੈਂ ਕਿੱਥੋਂ ਕਰ ਸਕਦਾ, ਹੁਣ ਮੇਰੇ ਘਰ 'ਤੇ ਗਰੀਬੀ ਹੈ, ਮੈਂ ਤਾਂ ਰੋਟੀ ਤੋਂ ਤੰਗ ਹੁੰਦਾ, ਤੁਹਾਨੂੰ ਗਾਲਾਂ ਪੈਂਦੀਆਂ ਰੋਜ਼, ਮੈਨੂੰ ਮੇਰੀ ਮਾਂ ਹੁੰਦੀ ਹੈ ਵੀ ਬੜਾ ਮਰ ਕੇ ਨਹੀਂ ਜਾਂਦਾ, ਮੈਂ ਭੰਡਾਰਾ ਕਰਨ ਜੋਗਾ ਹੈ ਵਾ ਮੈਂ ਨਹੀਂ ਕਰ ਸਕਦਾ। ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕਿਆ ਸਰੀਰ ਕਿਆ ਜਾਣੂ ਕਿਛ ਹਰ ਗਿਆ ਪਾਇਓ ਕਬੀਰ ਕਬੀਰ। ਕਹਿਣ ਲੱਗੇ ਤੇ ਰੱਬ ਦੀ ਰਹਿਮਤ ਹੋਈ, ਉਹਨੇ ਮੇਰੀ ਇੱਜ਼ਤ ਪਾਸ ਰੱਖੀ ਹੈ ਅਤੇ ਕਬੀਰ ਕਬੀਰ ਹੋ ਗਈ ਲੋਕਾਂ ਦੇ ਵਿੱਚ। ਸੱਸ ਉਹਨਾਂ ਦਾ ਪਾਵਨ ਦਿਹਾੜਾ ਸੀ, ਮਨਾਉਣ ਬੈਠੇ ਹਾਂ, 543 ਉਹਨਾਂ ਦੇ ਸ਼ਬਦ ਨੇ, ਹਰ ਸ਼ਬਦ ਦੀ ਸਿੱਖਿਆ ਵਾਕ ਵਾਲਾ ਹੈ ਔਰ ਇੱਕ ਇੱਕ ਸ਼ਬਦ ਉਹਨਾਂ ਦਾ ਵਿਚਾਰਨ ਵਾਲਾ ਹੈ। ਇੱਕ ਸ਼ਬਦ ਉਹਨਾਂ ਦਾ ਬੜਾ ਪਿਆਰ ਮੈਂ ਕਹਿ ਕੇ ਸਮਾਪਤੀ ਵਧਾਵਾਂ। ਉਹ ਕਹਿੰਦੇ ਨੇ ਕਿਆ ਪੜ੍ਹੀ ਹੈ ਕਿਆ ਗੁਣੀ ਹੈ ਕਿਆ ਵੇਦ ਪੁਰਾਣਾ ਸੁਣੀ ਹੈ ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾਲ ਮਿਲੇ ਉਸ ਹੋਈ। ਕਹਿਣ ਲੱਗੇ ਕੀ ਪੜ੍ਹਦਾ ਹੈ ਕੀ ਗਾਉਂਦਾ ਰਹਿੰਦਾ ਪੜ੍ਹੇ ਸੁਣਨ ਨਾਲ ਕੀ ਹੋਵੇਗਾ ਜੇ ਤੈਨੂੰ ਰੱਬ ਹੀ ਨਿਕਲ ਗਿਆ ਰੱਬੀ ਗੁਣੀ ਦੀ ਪ੍ਰਾਪਤ ਹੋ। ਫਿਰ ਕਹਿੰਦੇ ਹਰ ਕਾ ਨਾਮ ਨਾ ਜਪ ਸਕਵਾਰਾ ਇਹ ਗੁਆਰ ਇਹ ਮਨੁੱਖ ਬੰਦੇ ਰੱਬ ਦਾ ਨਾਮ ਕਿਉਂ ਨਹੀਂ ਜਪਦਾ ਕਿਆ ਸੋਚਿਆ ਵਾਰ ਗੁਆਰਾ ਕੀ ਵਾਰ ਵਾਰ ਸੋਚਣ ਲੱਗਾ ਮੈਂ। ਇਸ ਕਰਕੇ ਗੁਰੂ ਸਭ ਨੂੰ ਬੇਨਤੀ ਹੈ ਕਿ ਉਹਨਾਂ ਦੀ ਸਿੱਖਿਆ ਨੂੰ ਕਮਾਉਣ ਦਾ ਯਤਨ ਕਰੋ, ਬਾਣੀ ਆਪ ਪੜ੍ਹਨ ਦੀ ਆਦਤ ਪਾਓ ਕਿਉਂਕਿ ਆਪਾਂ ਸਿੱਖ ਹਾਂ, ਸਿੱਖ ਵੈਸੇ ਸਾਰੇ ਧਰਮਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਤਾਂ ਕਿਹੜੇ ਕਿਹੜੇ ਸਾਡੇ ਗੁਰਬਾਣ ਸਿੱਖ ਸਨ ਪਹਿਲਾਂ ਜਿਹੜੇ ਕੁਰਾਨ ਦਾ ਪਾਠ ਕਰ ਲੈਂਦੇ ਸਨ ਵੇਦਾਂ ਦੀ ਜਾਣਕਾਰੀ ਰੱਖਦੇ ਸਨ। ਮੈਨੂੰ ਯਾਦ ਹੈ ਵੈਸੇ ਕਿਹਾ ਜਾਂਦਾ ਕਿ ਢਾਡੀ ਜਿਹੜੇ ਨੇ ਇਕੱਲੇ ਇਤਿਹਾਸ ਦੀ ਗੱਲ ਕਰ ਸਕਦੇ ਨੇ, ਪਰ ਸਾਨੂੰ ਮਾਣ ਹੋਣਾ ਚਾਹੀਦਾ ਕਿ ਸਾਡੇ ਵਿੱਚ ਵੈਸੇ ਵੀ ਮਹਾਨ ਢਾਡੀ ਸਨ, ਬਾਬੂ ਸੋਹਣ ਸਿੰਘ ਜੀ ਸ਼ੀਤਲ। ਆਪ ਨੂੰ ਕਦੇ ਮੌਕਾ ਮਿਲਿਆ ਉਹਨੂੰ ਸਾਹਮਣੇ ਬਹਿ ਕੇ ਸੁਣਦਾ, ਦਸ ਵਿੱਚ ਬੜਾ ਮੌਕਾ ਮਿਲਿਆ ਸਾਡੇ ਇਲਾਕੇ ਵਿੱਚ ਹੁੰਦੇ ਜਾਂਦੇ ਸਨ। ਕਾਲੂ ਸਾਹਿਬ ਬੈਠੇ ਨੇ, ਸਾਡਾ ਕਾਦੀਆਂ ਸ਼ਹਿਰ ਮੁਸਲਮਾਨਾਂ ਦਾ ਸ਼ਹਿਰ ਹੈ, ਅਹਿਮਦੀਏ ਕਾਦੀਆਂ
ਭਰਿਆ ਹੋਇਆ ਵਿਖਾਈ ਪਾ ਦੀਆਂ ਨੇ ਸਾਰੇ ਮੁਸਲਮਾਨਾਂ ਦਾ ਸ਼ਹਿਰ। ਉੱਥੇ ਇੱਕ ਵਾਰੀ ਆਏ ਅਤੇ ਭਰੇ ਹੋਏ ਬਾਜ਼ਾਰ ਵਿੱਚ ਸਾਰੇ ਸ਼ਹਿਰ ਸਪੀਕਰ ਲੱਗੇ ਹੋਏ ਸਨ ਜੀ, ਅਤੇ ਉਹਨਾਂ ਨੇ ਸਟੇਜ ਤੋਂ ਕਿਹਾ ਸੀ ਕਿ ਜੇ ਕਿਸੇ ਮੁਸਲਮਾਨ ਨੂੰ ਕੁਰਾਨ ਦੀ ਕਿਸੇ ਆਇਤ ਬਾਰੇ ਨਹੀਂ ਪਤਾ ਲੱਗਦਾ ਤਾਂ ਮੇਰੇ ਕੋਈ ਜਾਣ ਕੇ ਪੁੱਛ। ਇੱਕ ਢਾਡੀ ਵਿਦਵਾਨ ਸਿੱਖ ਆਪਣੀ ਸਟੇਜ ਤੋਂ ਦੂਸਰੇ ਧਰਮ ਵਾਲੇ ਨੂੰ ਕਹੇ ਕਿ ਜੇ ਤੈਨੂੰ ਭਈਆ ਵੀ ਕੋਈ ਕੁਰਾਨ ਬਾਰੇ ਪੁੱਛਣਾ ਤਾਂ ਮੈਨੂੰ ਪੁੱਛ ਲੈ, ਕਿੰਨੀ ਮਿਰਤਾ ਹੋਵੇਗੀ ਉਹਨਾਂ ਕੋਲ। ਅਤੇ ਸਾਡਾ ਹੁਣ ਜੋ ਹਾਲ ਆ ਉਹ ਖਰਾਬ ਹੋ। ਇਸ ਕਰਕੇ ਵਿਦਿਆ ਪੜ੍ਹਨ ਦੀ ਆਦਤ ਪਾਓ, ਗੁਣ ਧਾਰਨ ਕਰਨ ਦੀ ਆਦਤ ਪਾਓ, ਚੰਗਾ ਚੰਗਾ ਸਾਹਿਤ, ਇਤਿਹਾਸ ਅਤੇ ਹੋਰ ਜਾਣਕਾਰੀ ਜਿਹੜੀ ਹੈ ਉਹਨੂੰ ਇਕੱਠਾ ਕਰਨ ਦੀ ਆਦਤ ਪਾਓ ਤਾਂ ਕਿ ਤੁਸੀਂ ਗਿਆਨਵਾਨ ਹੋ ਸਕੋ। ਇਹ ਬੜਾ ਜ਼ਰੂਰੀ ਹੈ। ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਸਕੀਨ ਸਾਹਿਬ ਕਿਹਾ ਸਨ, ਗਿਆਨ ਦਾ ਸਾਗਰ ਹੈ ਅਤੇ ਗਿਆਨ ਦੇ ਸਾਗਰ ਨੂੰ ਮੱਥਾ ਟੇਕਣ ਵਾਲਾ ਜਿਹੜਾ ਬੰਦਾ ਗਿਆਨੀ ਨਹੀਂ ਹੋਣਾ ਚਾਹੀਦਾ। ਇਹਨੂੰ ਮੱਥਾ ਟੇਕਦੇ ਹੋ, ਗਿਆਨਵਾਨ ਹੋਵੋ, ਬਾਣੀ ਸਾਰੇ ਪੜ੍ਹੋ, ਅੰਮ੍ਰਿਤ ਛਕੋ, ਸਿੰਘ ਸਜਿਓ, ਗੁਰੂ ਵਾਲੇ ਬਣ ਕੇ ਆਪਣਾ ਜੀਵਨ ਜਿਹੜਾ ਬਸਰ ਕਰੋ। ਔਰ ਕੱਲ੍ਹ ਦੇ ਦੀਵਾਨਾਂ ਵਿੱਚ ਮੀਰੀ ਪੀਰੀ ਦੇ ਮਾਲ ਸ਼੍ਰੀਨੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨਾਲ ਸੱਚੇ ਪਾਤਸ਼ਾਹ ਜੀਵਨ ਦੇ ਆਪਾਂ ਵਿਚਾਰ ਕਰਾਂਗੇ। ਔਰ ਜਿਵੇਂ ਕਿ ਬੇਨਤੀ ਕੀਤੀ ਗਈ ਹੈ ਸਭ ਸੰਗਤਾਂ ਨੇ ਵੱਧ ਤੋਂ ਵੱਧ ਮਿਸੇ ਪ੍ਰਸ਼ਾਦੇ ਅਤੇ ਲੱਸੀ ਅਤੇ ਹੋਰ ਪਦਾਰਥ ਜਿਹੜੇ ਸੰਗਤਾਂ ਵਾਸਤੇ ਬਣਾ ਕੇ ਲਿਆਉਣੇ ਨੇ ਤਾਂ ਕਿ ਜੋ ਇਤਿਹਾਸ ਮੁੰਡਿਆ ਦਾ ਇਹ ਬਰਕਰਾਰ ਰਹੇ। ਭੂਟਾਨ ਪੁਰਖ ਧੰਨਵਾਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਦੀ ਕਿਰਪਾ ਸਦਕਾ ਆਪ ਸੰਗਤਾਂ ਦੇ ਸਾਨੂੰ ਹੋ ਕਰਕੇ ਗੁਰਮਤ ਵਿਚਾਰ ਦੇ ਸਾਰੇ ਕੰਮ ਦਾ ਸੁਭਾਗ ਪ੍ਰਾਪਤ ਹੋ ਰਿਹਾ ਜੀ। ਸੋ ਆਓ ਸਾਰੇ ਰਲ ਮਿਲ ਕੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਹਾਂ, ਫਿਰ ਇਤਿਹਾਸ ਸਮਾਪਤ। ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਤੀਜਾ, ਆਨੰਦ ਦੇ ਪਿਓ ਓਮਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਨੇ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸਿੱਧੀ, ਗੁਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਕਾਮਣੇ ਆਈਆਂ, ਸ਼ਬਦ ਹੋ ਤਾਂ ਗਾਹੋ ਹਰੀ ਗਿਆ ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਾ ਤੂੰ ਸਦਾ ਰੋਹਾ ਨਾਲ ਹਰਦਾ ਰਹੋ, ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸੁਖਦਾ ਗਲਾ ਸਿਮਰਤ ਸੁਆਮੀ ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਤੇ ਸੋ ਪਾਵੇ ਸਦਾ ਸੁਖ ਸਲਾਮੀ, ਨਾਮ ਜਿਨ ਕੈ ਮਨ ਵਸਿਆ ਭਾਜੀ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਨਿਆਇ ਵਸਿਆ, ਲਿਖੀ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਬਿਟਾਉ ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਘਰ ਸੁਭਾਗੈ ਘਰ ਸੁਭਾਗੈ, ਪੰਚ ਤੁਕ ਤੁਕ ਵਸ ਕੀਤੇ ਕਾਲ ਕੰਡ ਕੁਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ ਤਿਤ ਕਰੇ ਮਹਦਵਾ, ਅਰਧ ਸੁਣੋ ਵਟ ਪਾਗਿਓ ਸਗਲ ਮਨੋਰਥ ਪੂਰੇ, ਪਾਠੰ ਪ੍ਰਪਾਇਆ ਦੁਖ ਰੋਗ ਸੰਤਾਪੇ ਉਤਰੇ, ਸੋਈ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ, ਸੁਣ ਤੇ ਪੁਨੀਤ ਕਹਿ ਤੇ ਗੁਰਿਤ ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ
ਆਪਣੀ ਕਿਹਨੇ ਰੱਖੇ ਦੂਰ ਜਿੰਨੀ ਨਾਮ ਤੇ ਆਏ।